यही कर। जोरावर आपा गलबात शुरू करिए जी। हाँ जी सत श्रीकाल जी, सत श्रीकाल जी। सत श्रीकाल दोस्तों, तुहानू सारिआं नू जी आया वेलकम पंजाब संगीत नाटक अकैडमी वालों। और असी जिवें तुसी देख रहे हो पिछले 9 दिनों तो असी लगातार हर रोज जिहड़ी साडा परफॉर्मिंग आर्ट है इहदी विधा नाल जुड़िया होया कोई ना कोई पहलू जिहड़ा आर्ट है जिहड़ा उहदे बारे आपणा जरूर जिन्ने साडे कलाकार इहदे च कम करदे पए आ उस चो जिहड़ियां भी चीजा रेयर ने उहदा बारे आपां गल करदे आ। सो अज साडे कोल जोरावर सिंह इहनां दी बड़ी ही बेहतरीन टीम है। इह नौजवान बुढ़े जिहड़े आ इहनां ने खास तौर ते जिहड़े बुढ़िआं वल्लों गिद्धा जिहड़ा पेश कीता जांदा है इह मालवे वाला मर्दां दा गिद्धा नहीं है, इह जिहनूं कह लिओ कि तुसीं असीं नचार फॉर्म जिहनूं आपां कहिंदे आ उहदा बहुत ही बेहतरीन खूबसूरत रूप जिहड़ा बहुत ही कह लो कि इंटेलीजेंट तरीके दे नाल इहनां ने पढ़े लिखे बुढ़िआं ने अज दे समिआं दे विच उसनूं संभिआ। और जोरावर सिंह जो साडे नाल इस वेले, मैं इहनां नूं कहा सी जोरावर नूं कि तुसीं तैयार होके बैठो जिस तरह तुसीं पेश करदे हो। वैसे जोरावर नूं आपां देखदे आ, जोरावर अध्यापक है, इसने एमए बीएड कीती और स्कूल दे विच पढ़ाउंदे आ लगातार अपने, और बाकी दी इंट्रोडक्शन जोरावर होरी बाकी दसणगे भी कि स्कूल दे विच ने और कदों तो इहदे नाल जुड़े हुए आ। पर मैनूं सी कि इस विधा दे विच क्योंकि मैं इहनां दा कम देखिया होया वा और मैं इहनां दे कम नूं बहुत जगह ते लैके भी गया, मैं अमृतसर चंडीगढ़ होर बहुत सारे शहरां दे विच इहनां दे शोज भी करवाए और इहनां नूं बहुत सारे विआहां दे उत्ते होर थावां दे उत्ते भी सद्दे दे मिलदे आ और जिस रूप दे विच इहनां दी टीम भरवे रूप च जांदी है और जो डिसिपलिन है खास तौर ते मैनूं बहुत चंगा लगदा है कहिण विच कि इस टीम दे कोल जो डिसिपलिन है जो इहनां दे कोल नज़ाकत है ਉਹ ਹੋਰ ਤੁਹਾਨੂੰ ਕਿਧਰੇ ਵੇਖਣ ਨੂੰ ਨਹੀਂ ਮਿਲੇਗੀ। ਔਰ ਜੋ ਜਿਸ ਖੂਬਸੂਰਤੀ ਨਾਲ ਇਹ ਤਿਆਰ ਹੁੰਦੇ ਹੈ ਔਰ ਇਹਨਾਂ ਦੀ ਤਿਆਰੀ ਜਿਹੜੀ ਹੈ ਔਰ ਇਹਨਾਂ ਦਾ ਜੋ ਮੇਕਅਪ ਹੈ ਪਹਿਰਾਵਾ ਹੈ ਉਹ ਆਪਣੇ ਆਪ ਚ ਯੂਨੀਕ ਹੈ, ਉਹ ਆਪਣੇ ਆਪ ਚ ਕਹਿ ਲਓ ਕਿ ਇੰਨੀ ਮਿਹਨਤ ਦੇ ਨਾਲ ਇਹਨਾਂ ਨੇ ਕੋਸਟਿਊਮ ਤਿਆਰ ਕੀਤੇ, ਮੇਕਅਪ, ਗਹਿਣੇ ਜਿਹੜੇ ਬਿਲਕੁਲ ਕਿ ਪੰਜਾਬੀ ਪਹਿਰਾਵੇ ਦੇ ਨਾਲ ਢੁਕਵੇਂ, ਸਾਡੇ ਰਿਵਾਜ ਨਾਲ ਢੁਕਵੇਂ, ਸਾਡੇ ਇਤਿਹਾਸ ਨਾਲ ਢੁਕਵੇਂ, ਸਾਡੀ ਵਿਰਾਸਤ ਨਾਲ ਢੁਕਵੇਂ ਗਹਿਣੇ ਜਿਹੜੇ ਆ ਉਹ ਸਾਰੇ, ਸਾਰੀ ਟੀਮ ਵੀ ਉਸੇ ਤਰ੍ਹਾਂ ਤਿਆਰ ਹੁੰਦੀ ਹੈ। ਸੋ ਇਹ ਵੱਡੀ ਟੀਮ ਹੈ ਇਹਨਾਂ ਦੀ, ਇਹ ਪੂਰੀ ਬੱਸ ਭਰ ਕੇ ਜਿੱਥੇ ਵੀ ਜਾਂਦੇ ਆ ਆਪਣੀ ਟੀਮ ਦੇ ਨਾਲ ਆਪਣੀ ਪਰਫਾਰਮੈਂਸ ਦਿੰਦੇ ਆ ਔਰ ਇਹ ਲਗਾਤਾਰ 3-3 ਘੰਟੇ 4-4 ਘੰਟੇ ਪਰਫਾਰਮ ਕਰਦੇ ਆ ਔਰ ਇਹ ਥੱਕਦੇ ਨਹੀਂ ਹੈ। ਇੰਨੀ ਵਰਾਇਟੀ ਹੈ, ਇੰਨੀ ਵਰਾਇਟੀ ਹੈ ਕਿ ਅਸੀਂ ਗੱਲਾਂ ਕਰਦੇ ਹੋਏ ਇਹਨਾਂ ਬਾਰੇ ਥੱਕ ਜਾਵਾਂਗੇ ਪਰ ਇਹ ਆਪਣੀ ਪਰਫਾਰਮੈਂਸ ਦਿੰਦੇ ਹੋਏ ਨਹੀਂ ਥੱਕਦੇ। ਸੋ ਜ਼ੋਰਾਵਰ ਤੁਹਾਨੂੰ, ਤੁਹਾਡੀ ਟੀਮ ਨੂੰ ਜੀ ਆਇਆਂ ਔਰ ਮੈਂ ਹਮੇਸ਼ਾ ਤੁਹਾਡਾ ਬਹੁਤ ਫੈਨ ਹਾਂ, ਹਮੇਸ਼ਾ ਬਹੁਤ ਫੈਨ, ਮੈਂ ਬਹੁਤ ਰਿਗਾਰਡ ਕਰਦਾ ਤੁਹਾਡੀ ਟੀਮ ਦਾ, ਬਹੁਤ ਇੱਜ਼ਤ ਕਰਦਾ ਵਾਂ ਤੁਹਾਡੇ ਇਸ ਹੁਨਰ ਦੀ ਵੀ ਕਿ ਤੁਸੀਂ ਇਸ ਹੁਨਰ ਨੂੰ ਇਸ ਨੂੰ ਸਾਂਭਿਆ। ਸੋ ਅਸੀਂ ਤੁਹਾਡੇ ਕੋਲੋਂ ਅੱਜ ਤੁਹਾਡੇ ਸਫ਼ਰ ਬਾਰੇ ਇਹ ਜਾਣਨਾ ਚਾਹਾਂਗੇ ਕਿ ਜ਼ੋਰਾਵਰ ਇੱਕ ਖੂਬਸੂਰਤ ਨੌਜਵਾਨ ਬੁੱਢਾ ਜਿਹੜਾ ਕਿ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਜਦੋਂ ਇਸ ਹੁਨਰ ਨੂੰ ਸਾਂਭਦਾ ਆ ਤੇ ਉਸ ਵੇਲੇ ਉਹਦੀਆਂ ਕੀ ਫੀਲਿੰਗਸ ਨੇ, ਜਦੋਂ ਸਮਾਜ ਵਿੱਚ ਜਾਂਦਾ ਇਸ ਤਰ੍ਹਾਂ ਉਹਦੀਆਂ ਕੀ ਫੀਲਿੰਗਸ ਨੇ, ਉਹ ਸਕੂਲ ਚ ਪੜ੍ਹਾਉਂਦਾ ਹੈ ਨੌਜਵਾਨ ਬੁੱਢਾ, ਉਹ ਯੂਥ ਫੈਸਟੀਵਲ ਚ ਗਿੱਧਾ ਤਿਆਰ ਕਰਵਾਉਂਦਾ ਹੈ ਤੇ ਉਸ ਵੇਲੇ ਦੇ ਸਾਰੇ ਤਜਰਬੇ। ਮੈਂ ਚਾਹਾਂਗਾ ਵੀ ਤੁਸੀਂ, ਤੁਹਾਨੂੰ ਕੀ ਲੋੜ ਪਈ ਸੀ ਕਿ ਤੁਸੀਂ ਇਸ ਹੁਨਰ ਨੂੰ ਸਾਂਭਣ ਦਾ ਜਿਹੜਾ ਤਹੱਈਆ ਕੀਤਾ ਕਿ ਅਸੀਂ ਇਹ ਹੁਨਰ ਸਾਂਭੀਏ। ਜ਼ੋਰਾਵਰ ਸਿੰਘ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ, ਤੁਹਾਨੂੰ ਸਾਰਿਆਂ ਨੂੰ, ਦਰਸ਼ਕਾਂ ਨੂੰ ਤੇ ਡਾਕਟਰ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਤੇ ਮੈਂ ਜ਼ੋਰਾਵਰ, ਅੱਜ ਤੁਸੀਂ ਮੈਨੂੰ ਇੱਥੇ ਸੰਗੀਤ ਨਾਟਕ ਅਕੈਡਮੀ ਵੱਲੋਂ ਜੋ ਤੁਹਾਡਾ ਲੜੀਵਾਰ ਪ੍ਰੋਗਰਾਮ ਚੱਲ ਰਿਹਾ ਤੇ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਮੈਨੂੰ ਬਹੁਤ, ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਹ ਤੁਹਾਡੇ ਨਾਲ ਕੰਮ ਕਰਾਂ। ਤੇ ਫਿਰ ਦਰਸ਼ਕ ਇਸ ਵਕਤ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਜਿਸ ਤਰ੍ਹਾਂ ਜੁੜ ਰਹੀਆਂ ਨੇ ਸਾਰੇ ਲੋਕ, ਤੇ ਮੈਨੂੰ ਬੜੀ ਖੁਸ਼ੀ ਹੋਈ ਹੈ। ਦੇਖੋ ਡਾਕਟਰ ਸਾਹਿਬ, ਜੇ ਹੁਣ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਰੂਪ ਕਿਉਂ ਵਟਾਇਆ, ਹਨਾ, ਕਿੱਥੋਂ ਇਹ ਚੱਲੀ। ਦੇਖੋ ਜ਼ਿੰਦਗੀ ਦਾ ਸਫ਼ਰ ਹੈ, ਛੋਟੇ ਹੁੰਦਿਆਂ ਮਨਸ ਦੇ ਵਿੱਚ ਇੱਕ ਬੀਜ ਬੀਜਿਆ ਗਿਆ, ਬੀਜ ਬੀਜਣ ਦਾ ਜਿਹੜਾ ਕਿੱਥੋਂ ਬੀਜਿਆ ਗਿਆ, ਜਿਸ ਤਰ੍ਹਾਂ ਕਹਿੰਦੇ ਨੇ ਕਿ ਕਈ ਮੈਨੂੰ ਸਵਾਲ ਕਰਦੇ ਨੇ ਕਿ ਤੁਸੀਂ ਗਿੱਧਾ ਹੀ ਕਿਉਂ, ਤੇ ਮੈਂ ਫਿਰ ਉਹਨਾਂ ਨੂੰ
ਤੁਹਾਡਾ ਮਿਊਟ ਹੋ ਗਿਆ ਜ਼ਰਾ ਦੇਖਿਓ ਲੈ ਕੇ ਜਾਣਾ ਕਿ ਪਿੰਡ ਦੇ ਵਿਚਾਲੇ ਦੁਪਹਿਰ ਦੇ ਵੇਲੇ ਚੰਨ ਚੜਾ ਕੇ ਜਿਹਨੂੰ ਰੋਟੀ ਦਾ ਗਿੱਧਾ ਕਹਿੰਦੇ ਨੇ ਬੀਬੀਆਂ ਪਿੰਡ ਦੀਆਂ ਔਰਤਾਂ ਬੁੱਢੀਆਂ ਕੁੜੀਆਂ ਵਿਆਹੀਆਂ ਕੁਵਾਰੀਆਂ ਗਿੱਧਾ ਪੈਂਦਾ ਤੇ ਉਹ ਗਿੱਧਾ ਮੇਰਾ ਘਰ ਪਿੰਡ ਦੀ ਫਿਰਨੀ ਦੇ ਉੱਤੇ ਤੇ ਉਹ ਗਿੱਧਾ ਦਰਵਾਜ਼ੇ ਦੇ ਅੰਦਰੋਂ ਟਿਕੇ ਦੁਪਹਿਰ ਦੇ ਵਿੱਚ ਮੇਰੇ ਮਨਸ ਦੇ ਵਿੱਚ ਜਦੋਂ ਉਤਰਦਾ ਤੇ ਉਸਨੇ ਉਸ ਗਿੱਧੇ ਦੀ ਛਣਕਾਰ ਨੇ ਉਸ ਗਿੱਧੇ ਦੀ ਧਮਕ ਨੇ ਉਸ ਗਿੱਧੇ ਦੀ ਲੈ ਨੇ ਜ਼ੋਰਾਵਰ ਨੂੰ ਨੂਰ ਜ਼ੋਰਾ ਹੋਣ ਦਾ ਰਸਤਾ ਦੱਸਿਆ ਤੇ ਇਹ ਰਸਤਾ ਹੁਣ ਵੱਖੋ ਵੱਖਰੀਆਂ ਸ਼ੇਡਸ ਦੇ ਵਿੱਚ ਹੀ ਲੰਘਿਆ ਜਿਹਨੂੰ ਕਿਉਂਕਿ ਜਦੋਂ ਅਸੀਂ ਇੱਕ ਅਵੱਲੇ ਰਸਤੇ ਤੇ ਚੱਲਦੇ ਹਾਂ ਤੇ ਬੜੀਆਂ ਗਾਲਾਂ ਪੈਂਦੀਆਂ ਨੇ ਲੋਕਾਂ ਵੱਲੋਂ ਬੜੇ ਅੜਿੱਕੇ ਆਉਂਦੇ ਨੇ ਲੋਕਾਂ ਵੱਲੋਂ ਬੜੇ ਹੀ ਤੁਹਾਨੂੰ ਤੁਹਾਡੀ ਪਿੱਠ ਤੇ ਚੇਪੀਆਂ ਲਾਈਆਂ ਜਾਂਦੀਆਂ ਨੇ ਲੋਕਾਂ ਵੱਲੋਂ ਪਰ ਕੁਦਰਤੀ ਮੇਰਾ ਜਿਹੜਾ ਮਨੋਬਲ ਕਹਿ ਦੋ ਜਾਂ ਮੇਰਾ ਮਨਸ ਸੀ ਉਹ ਪਤਾ ਨੀ ਤਾਂ ਬਾਗੀ ਸੀ ਪਤਾ ਨੀ ਕੀ ਸੀ ਕਿ ਮੈਂ ਸਾਰਿਆਂ ਨੂੰ ਇਗਨੋਰ ਕਰਕੇ ਸਾਰਿਆਂ ਨੂੰ ਵੀ ਪਾਸੇ ਹਟ ਜਾ ਭਾਈ ਪਾਸੇ ਹਟ ਜਾ ਭਾਈ ਪਾਸੇ ਹਟ ਜਾ ਵੀ ਮੈਂ ਤਾਂ ਲੰਘਣਾ ਉਹ ਲੰਘਦਿਆਂ ਜ਼ੋਰਾਵਰ ਤੋਂ ਨੂਰ ਜ਼ੋਰਾ ਨੂਰ ਤੇ ਨੂਰ ਤੋਂ ਨੂਰ ਜ਼ੋਰਾ ਜ਼ੋਰਾਵਰ ਦਾ ਸਫ਼ਰ ਕਰਦਾ ਰਹਿਣਾ ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਸਕੂਲ ਹੈ ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਯੂਥ ਫੈਸਟੀਵਲਸ ਨੇ ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਵਿਆਹਾਂ ਦੇ ਵਿੱਚ ਸਾਨੂੰ ਬੁਕਿੰਗਸ ਹੁੰਦੀਆਂ ਨੇ ਉਹ ਬੁਕਿੰਗਸ ਦੇ ਵਿੱਚ ਨੂਰ ਆ ਨੂਰ ਜ਼ੋਰਾ ਆ ਤੇ ਸਕੂਲ ਦੇ ਵਿੱਚ ਜ਼ੋਰਾਵਰ ਸਾਰਾ ਤੇ ਗਿੱਧੇ ਜਦੋਂ ਕਾਲਜਸ ਦੇ ਯੂਥ ਫੈਸਟੀਵਲ ਹੁੰਦੇ ਨੇ ਉੱਥੇ ਚੋਰੇ ਦਾ ਗਿੱਧਾ ਆ ਗਿਆ ਚੋਰੇ ਦਾ ਗਿੱਧਾ ਦੇਖਣਾ ਆਪਾਂ ਤੇ ਇਹ ਤਿੰਨ ਸ਼ੇਡਸ ਨੇ ਇਹਨਾਂ ਨੂੰ ਜੇ ਆਪਾਂ ਬਹੁਤ ਥੋੜੇ ਲਫ਼ਜ਼ਾਂ ਦੇ ਵਿੱਚ ਮੈਂ ਬੰਨਣਾ ਚਾਹਾਂ ਤਾਂ ਮੈਨੂੰ ਨੀ ਲੱਗਦਾ ਕਿ ਮੇਰੀ ਇੰਨੀ ਕੁ ਮੇਰੇ ਕੋਲ ਇੰਨੀ ਪ੍ਰੈਵਿਟੀ ਹੈਗੀ ਹੈ ਕਿ ਵਿੱਟ ਹੈ ਕਿ ਮੈਂ ਬਹੁਤ ਥੋੜੇ ਸ਼ਬਦਾਂ ਚ ਇਹਨੂੰ ਬੰਨਦਾ ਬਸ ਇਹ ਹੈ ਕਿ ਬਚਪਨ ਤੋਂ ਮੇਰੇ ਘਰ ਦਾ ਜਿਹੜਾ ਮਾਹੌਲ ਸੀ ਮੇਰੀਆਂ ਭੈਣਾਂ ਨੇ ਮੈਨੂੰ ਦਿੱਤਾ ਸੱਤ ਭੈਣਾਂ ਮੇਰੀਆਂ ਛੇ ਚਾਚੇ ਦੀ ਕੁੜੀਆਂ ਇੱਕ ਮੇਰੀ ਆਪਣੀ ਭੈਣ ਤੇ ਉਹ ਸਮਾਂ ਇਹ ਸੀ ਕਿ ਪਿੰਡ ਦੇ ਵਿੱਚ ਜੇ ਕਿਸੇ ਦੇ ਵਿਆਹ ਹੋਣਾ ਤੇ ਗਾਉਣ ਮਹਿਫਲਾਂ ਜਿਹਨਾਂ ਨੂੰ ਡਾਕਟਰ ਨਾਰ ਸਿੰਘ ਨੇ ਗਾਉਣ ਮਹਿਫਲਾਂ ਦਾ ਨਾਂ ਦਿੱਤਾ ਜਾਂ ਗੀਤ ਗਾਉਣੇ ਸਿੱਧਾ ਪੇਂਡੂ ਭਾਸ਼ਾ ਦੇ ਵਿੱਚ ਕਹਿਣਾ ਵੀ ਗੀਤ ਗਾਉਣ ਜਾਣਾ ਤੇ ਉਂਗਲੀ ਲਾ ਕੇ ਮੈਨੂੰ ਨਾਲ ਲੈ ਜਾਣਾ ਰਾਤਾਂ ਨੂੰ ਕੋਠੇ ਤੇ ਬੈਠ ਕੇ ਜਦੋਂ ਬੀਬੀਆਂ ਨੇ ਮੰਝੇ ਹੋਏ ਬੋਲਾਂ ਦੇ ਨਾਲ ਹਿੱਕ ਤੋਂ ਪੂਰੀ ਹੇਕ ਲਾ ਕੇ ਜਾਂ ਇੱਕ ਦਰਦ ਨਾਲ ਜਦੋਂ ਇੱਕ ਮੰਝੀਆਂ ਹੋਈਆਂ ਆਵਾਜ਼ਾਂ ਦੇ ਨਾਲ ਉਹਨਾਂ ਨੇ ਮੁਤਰੰਨਮ ਗਾਉਣਾ ਜਿਹੜਾ ਹੌਲੀ ਹੌਲੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੇਰੇ ਮਨਸ ਤੋਂ ਹੋ ਕੇ ਮੇਰੇ ਦਿਲ ਦੀ ਧਰਤੀ ਦੇ ਉੱਤੇ ਇਸ ਤਰ੍ਹਾਂ ਬੀਜਿਆ ਗਿਆ ਕਿ ਮੈਨੂੰ ਸ਼ਾਇਦ ਉਹਨਾਂ ਚੀਜ਼ਾਂ ਨੇ ਨੂਰ ਤੇ ਨੂਰ ਜ਼ੋਰਾ ਹੋਣ ਲਈ ਮਜਬੂਰ ਕਰ ਦਿੱਤਾ ਬੇਸ਼ੱਕ ਜੇ ਆਪਾਂ ਇਹਨੂੰ ਕੁਦਰਤ ਦੇ ਅਸੂਲ ਦੇ ਹਿਸਾਬ ਨਾਲ ਦੇਖੀਏ ਤਾਂ ਅਸਲ ਦੇ ਵਿੱਚ ਤਾਂ ਇਹੀ ਗੱਲ ਹੁੰਦੀ ਹੈ ਕਿ ਇੱਕ ਇਨਸਾਨ ਹੈ ਉਹਦੇ ਮਨ ਦੇ ਵਿੱਚ ਕੁੜੀਆਂ ਵਾਲੇ ਗੁਣ ਵੀ ਹੋ ਸਕਦੇ ਨੇ ਤੇ ਅਸਲ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਕਿ ਇਹ ਵੀ ਹੈ ਕਿ ਮੇਰਾ ਸੁਭਾਅ ਜਿਹਦੇ ਅੰਦਰ ਇੱਕ ਇੱਕ ਕੋਈ ਏਦਾਂ ਦੀ ਔਰਤ ਬੈਠੀ ਹੈ ਜਿਹੜੇ ਕਿ ਉਹ ਗੀਤਾਂ ਦੀ ਰੱਸੀ ਹੈ ਜਿਹੜੀ ਗਿੱਧੇ ਦੀ ਮੁਰੇਲਣ ਹੈ ਜਿਹੜੀ ਗਿੱਧੇ ਦੇ ਪਿੰਡ ਦੇ ਵਿੱਚ ਖੜ ਕੇ ਬਾਂਹ ਖੜੀ ਕਰਕੇ ਮੁਰੇਲਣ ਬਣ ਕੇ ਬੋਲੀ ਤੇ ਬੋਲੀ ਰਹਿੰਦੀ ਹੈ ਬੋਲੀ ਜੁੜਦੀ ਹੈ ਤੇ ਬਾਕੀਆਂ ਨੂੰ ਨੱਚਣ ਤੇ ਮਜਬੂਰ ਕਰਦੀ ਹੈ ਕਈ ਵਾਰੀ ਸੋਚਿਆ ਵੀ ਸਕਦਾ ਕੋਈ ਏਦਾਂ ਦੀ ਬੀਬੀ ਮਰੀ ਹੋਵੇ ਤੇ ਮੇਰਾ ਜਨਮ ਹੋਇਆ ਹੋਵੇ ਹਨਾ ਤੇ ਇਸ ਤੋਂ ਬਾਅਦ ਫਿਰ ਜਿਹੜਾ ਰੂਪ ਵਟਾਉਣਾ ਹੈ ਉਹਦੇ ਚ ਤਾਂ ਦਿੱਕਤਾਂ ਤੁਹਾਨੂੰ ਪਤਾ ਹੈ ਤੁਸੀਂ ਵੀ ਪੜ੍ਹਦੇ ਹੋ ਤੁਸੀਂ ਲਿਟਰੇਚਰ ਦੇ ਵਿੱਚ ਜਾਣਦੇ ਹੋ ਕਿ ਦਿੱਕਤਾਂ ਬਹੁਤ ਆਉਂਦੀਆਂ ਪਰ ਮੇਰੇ ਮਾਮਲੇ ਦੇ ਵਿੱਚ ਮੈਂ ਜਦੋਂ ਤੁਹਾਨੂੰ ਦੱਸਾਂ ਕਿ ਮੈਂ ਇਹਨਾਂ ਦਿੱਕਤਾਂ ਨੂੰ ਅਣਸੁਣਿਆ ਕਰਕੇ ਜਾਂ ਤਾਂ ਆਮ ਭਾਸ਼ਾ ਦੇ ਵਿੱਚ ਤਾਂ ਆਪਾਂ ਇਹ ਕਹਾਂਗੇ ਕਿ ਤੂੰ ਤਾਂ ਯਾਰ ਢੀਠ ਸੀਗਾ ਪੱਕਾ ਠੇਠਰ ਢੀਠ ਸੀਗਾ ਜਿਹੜੀ ਕਿਸੇ ਦੀ ਮੰਨੀ ਹੋਈ ਨੀ ਪਰ ਇੱਥੇ ਮੇਰੇ ਪੱਖ ਦੇ ਵਿੱਚ ਇੱਕ ਜਿਹੜੀ ਗੱਲ ਤੁਸੀਂ ਪਹਿਲਾਂ ਕਹਿ ਦਿੱਤੀ ਹੈ ਕਿ ਇਹਨਾਂ ਨੇ ਉਸ ਨਚਾਰ ਫੋਰਮ ਨੂੰ ਇੰਨਾ ਤਹਿਜ਼ੀਬ ਯਾਫਤਾ ਇੰਨਾ ਸੋਫਿਸਟੀਕੇਟਡ ਸ਼ਾਲੀਨ ਤੇ ਇੰਨਾ ਉਹਨੂੰ ਐਕਸਟੈਟਿਕ ਬਣਾ ਦਿੱਤਾ ਜਿਹੜਾ ਤੁਸੀਂ ਮੈਨੂੰ ਕਿਹਾ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਕੀ ਹੈ ਕਿ ਮੇਰਾ ਪੜ੍ਹਾਈ ਦੇ ਵਿੱਚ ਦਿਲਚਸਪੀ ਹੋਣਾ ਸਾਹਿਤ ਨੂੰ ਪੜ੍ਹਿਆ ਸਾਹਿਤ ਨੂੰ ਖੋਜਿਆ ਸਾਹਿਤ ਨੂੰ ਦੇਖਿਆ ਤੇ ਨਾਲ ਦੀ ਨਾਲ ਫੀਲਡ ਦੇ ਵਿੱਚ ਘੁੰਮਣਾ ਪਿਆ ਤੇ ਘੁੰਮਿਆ ਗੀਤਾਂ ਦਾ ਜਿਸ ਤਰ੍ਹਾਂ ਦਵਿੰਦਰ ਸਤਿਆਰਥੀ ਗੀਤਾਂ ਦਾ ਵਣਜਾਰਾ ਕਹਿੰਦੇ ਨੇ ਵੀ ਗੀਤ ਝੋਲਾ ਚੱਕਿਆ ਪਾਇਆ ਉਹਨੂੰ ਪਤਾ ਹੀ ਨੀ ਲੱਗਦਾ ਵਿਚਾਰੇ ਨੂੰ ਕਿ ਉਹ ਕਿੱਥੇ ਉਸੇ ਤਰ੍ਹਾਂ ਮੇਰੀ ਵੈਗਾ ਬੌਂਡ ਕਿਸਮ ਦੀ ਤਬੀਅਤ ਰਹੀ ਹੈ ਕਿ ਜੇ ਇੱਕ ਗੀਤ
पता लग गया कि ये अद्धा है, ਇਹਦਾ ਕੁਛ ਹਿੱਸਾ ਕਿਤੇ ਰਹਿ ਗਿਆ ਤੇ ਅਗਲੀ ਬੀਬੀ ਕੋ ਜਾਣਾ। ਕਈ ਵਾਰੀ ਭਾਈ ਤੂੰ ਤਾਂ ਉਈ ਤੂੰ ਕੀ ਕਰੀ ਜਾਂਦਾ ਪਤਾ ਨੀ, ਹਨਾ ਏਦਾਂ ਦੀਆਂ ਵੀ ਗੱਲਾਂ ਸੁਣਨੀਆਂ ਪਈਆਂ। ਪਰ ਮੈਂ ਜਦੋਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਜਿਹੜਾ ਇੱਕ ਗੀਤ ਪਿੱਛੇ ਮੈਂ ਸੁਣ ਲਿਆ ਉਹ ਹੂਬ ਹੂ ਇੱਕ ਸ਼ਾਹੀ ਚੱਟ ਦੀ ਤਰ੍ਹਾਂ, ਬਲੋਟਿੰਗ ਪੇਪਰ ਦੀ ਤਰ੍ਹਾਂ ਉਹਦੀ ਤਰਜ਼ ਮੇਰੇ ਮਨ ਦੇ ਵਿੱਚ ਬੈਠ ਗਈ, ਤੇ ਜਦੋਂ ਉਹੀ ਤਰਜ਼ ਮੈਂ ਅਗਲੀ ਬੀਬੀ ਨਾਲ ਜਾ ਕੇ ਬੈਠ ਕੇ ਗਾਈ ਤੇ ਉਹ ਬੀਬੀ ਜਦੋਂ ਕਿਸੇ ਨਾਲ ਗਾਉਂਦੇ ਆ ਤਾਂ ਉਹਨਾਂ ਦਾ ਅੰਦਰ ਰੋਮ ਰੋਮ ਖਿੜ ਜਾਂਦਾ, ਜਿਸ ਤਰ੍ਹਾਂ ਉਹਨਾਂ ਲਈ ਇਹ ਇੱਕ ਵੱਡੇ ਮਰਜ਼ ਦੀ ਦਾਰੂ ਹੁੰਦੀਆਂ ਨੇ। ਕਿਉਂਕਿ ਮੈਂ ਇਹ ਵੀ ਤਜਰਬਾ ਕੀਤਾ ਜਦੋਂ ਫੀਲਡ ਜਾਈਦਾ ਕਿ ਜੇ ਕਿਸੇ ਬੀਬੀ ਨੂੰ ਕਹਿ ਦੋ ਬੀਬੀ ਆ ਗੀਤ ਦੱਸੀ, ਨਾ ਪੁੱਤ ਹੁਣ ਕਿੱਥੇ ਗੀਤ ਗੂਤ ਯਾਦ ਨੇ, ਹੁਣ ਤਾਂ ਤਿੰਨ ਗੱਲਾਂ ਨਾ ਰਹੇ ਰਾਗ ਰੰਗ ਨਾ ਰਹੀਆਂ ਜੱਕੜੀਆਂ, ਤਿੰਨ ਗੱਲਾਂ ਯਾਦ ਰਹੀਆਂ ਲੂਣ ਤੇ ਲੱਕੜੀਆਂ। ਪਰ ਜੇ ਉਹਨਾਂ ਨੂੰ ਕੋਈ ਕਿਸੇ ਗੀਤ ਦਾ ਇੱਕ ਪੈਰਾ ਜਾਂ ਕੋਈ ਗੀਤ ਦੀ ਥੋੜੀ ਜਿਹੀ ਲਾਈਨ ਤਰਜ਼ ਨਾਲ ਗਾ ਕੇ ਸੁਣਾ ਦੋ ਤੇ ਫਿਰ ਕਹਿੰਦੇ ਨਹੀਂ ਭਾਈ ਤੈਨੂੰ ਨੀ ਪਤਾ ਇਹ ਐਂ ਹੁੰਦਾ, ਫਿਰ ਬੇਬੇ ਕਿਵੇਂ ਹੁੰਦਾ। ਫਿਰ ਉਹ ਦੱਸਦੀਆਂ ਦੱਸਦੀਆਂ ਉਹ ਇੰਨਾ ਕੁ ਮੋਮਬੱਤੀ ਵਾਂਗ ਪਿਘਲਦੀਆਂ ਜਾਂਦੀਆਂ, ਇੰਨਾ ਕੁ ਪਿਘਲਦੀਆਂ ਜਾਂਦੀਆਂ, ਕਈ ਵਾਰੀ ਇਹ ਹੁੰਦਾ ਕਿ ਸਾਹੋ ਸਾਹ ਹੋ ਜਾਂਦੀਆਂ ਨੇ ਤੇ ਨਾਲ ਸਾਹੋ ਸਾਹ ਕਰ ਵੀ ਦਿੰਦੀਆਂ ਨੇ, ਤੇ ਇਸ ਤਰ੍ਹਾਂ ਇਹ ਲੱਗਿਆ। ਦੂਸਰਾ ਜਿਹੜਾ ਇਹ ਰੂਪ ਧਾਰਨ ਦੀ ਵਜ੍ਹਾ ਹੋਈ ਕਿ ਹਾਸਾ ਤਮਾਸਾ, ਕਈ ਵਾਰੀ ਅਸੀਂ ਦੋਸਤ ਮਿੱਤਰਾਂ ਦੇ ਵਿੱਚ ਬੈਠੇ ਬੈਠੇ, ਕਿਉਂਕਿ ਇੱਕ ਸਾਹਿਤ ਦੀ ਟਰਮ ਹੈ ਏਲੀਅਨੇਸ਼ਨ, ਅਜਨਬੀਕਰਨ ਕਰਨਾ, ਅਸੀਂ ਹਰ ਰੋਜ਼ ਜ਼ਿੰਦਗੀ ਚ ਵਿਚਰਦੇ ਹਾਂ ਤੇ ਵਿਚਰਦੇ ਹਾਂ ਅਸੀਂ ਇੱਕੋ ਜਿਹੀ ਲੱਗਦੇ ਹਾਂ। ਅੱਖਾਂ ਬੰਦ ਕਰਕੇ ਮੈਂ ਆਪਣੇ ਘਰ ਆ ਵੜਦਾ, ਮੇਰੇ ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਪਈ ਆ, ਲਾਈਟ ਵੀ ਚਲੀ ਜਾਵੇ ਅੱਖਾਂ ਬੰਦ ਕਰਕੇ ਅਸੀਂ ਚੱਕ ਲੈਂਦੇ ਹਾਂ। ਪਰ ਲਿਟਰੇਚਰ ਦੀ ਇੱਕ ਟਰਮ ਤੁਹਾਨੂੰ ਪਤਾ ਹੈ ਕਿ ਅਜਨਬੀਕਰਨ ਏਲੀਅਨੇਸ਼ਨ ਦੀ ਟਰਮ ਹੈ। ਮੈਨੂੰ ਇਹ ਲੱਗਿਆ ਕਿ ਜੇ ਮੈਂ ਮੁੰਡੇ ਦੇ ਰੂਪ ਦੇ ਵਿੱਚ ਬੀਬੀਆਂ ਦੇ ਵਿੱਚ, ਕਿਉਂਕਿ ਛੋਟੇ ਹੁੰਦਿਆਂ ਮੈਨੂੰ ਇੰਨੀਆਂ ਬੋਲੀਆਂ ਯਾਦ ਹੋ ਗਈਆਂ ਨੇ ਗੀਤ ਕੇ, ਮੈਨੂੰ ਸੱਦੇ ਆਉਣੇ ਸ਼ੁਰੂ ਹੋ ਗਏ ਪਿੰਡ ਦੇ ਵਿੱਚੋਂ। ਤੇ ਫਿਰ ਇਹ ਲੱਗਿਆ ਜਦੋਂ ਅਡੋਲਸੈਂਸ ਪੀਰੀਅਡ ਆਇਆ, ਫਿਰ ਅੰਦਰਲੀ ਜਿਹੜੀ ਹਾਂ ਹੈ, ਅੰਦਰਲੀ ਜਿਹੜੀ ਇੱਕ ਜਿਹਨੂੰ ਸਪਿਰਿਟ ਹੈ ਮੁੰਡੇ ਵਾਲੀ, ਉਹ ਵੀ ਧੱਕਾ ਮਾਰਦੀ ਆ, ਉਹ ਕਹਿੰਦੀ ਆ ਵੀ ਯਾਰ ਨਹੀਂ ਸੰਗ ਲੱਗਦੀ ਆ, ਨਹੀਂ ਜਾਣਾ, ਹੁਣ ਨੀ ਜਾਣਾ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਕਹਿੰਦੇ ਉਲਝ ਗਈ ਹੂੰ ਬਲ ਦੋ ਪਲ ਮੈਂ ਬੰਧਨ ਬੰਧੂ ਆਜ ਔਰ ਕਲ ਮੈਂ, ਏਦਾਂ ਹੋ ਗਿਆ ਮਸਲਾ ਕਿ ਫਿਰ ਸੋਚਿਆ ਕਿ ਨਹੀਂ ਯਾਰ ਉਹ ਰੂਪ ਨੂੰ ਵੱਖਰਾ ਰੱਖਾਂ ਤੇ ਇਸ ਰੂਪ ਨੂੰ ਮੈਂ ਵੱਖਰਾ ਲੈ ਕੇ ਜਾਵਾਂ। ਤੇ ਫਿਰ ਤਜਰਬਾ ਕੀਤਾ ਕਿ ਐਵੇਂ ਕਿਸੇ ਤੋਂ ਬੀਬੀਆਂ ਤੋਂ ਐਵੇਂ ਸੂਟ ਸਾਟ ਜੇ ਮੰਗ ਕੇ ਗਿੱਧੇ ਚ ਜਾ ਵੜਨਾ, ਤੇ ਉਹ ਤਜਰਬਾ ਇੰਨਾ ਵਧੀਆ ਰਿਹਾ, ਵਧੀਆ ਲਾ ਲਓ ਕਿ ਉਸ ਤੋਂ ਬਾਅਦ ਸਾਨੂੰ ਮੈਨੂੰ ਸੱਦੇ ਆਉਣ ਲੱਗ ਗਏ ਕਿ ਨਹੀਂ ਭਾਈ ਤੁਸੀਂ ਸਾਡੇ ਤੋਂ ਸਾਈ ਲਓ ਤੇ ਤੁਸੀਂ ਦੱਸੋ ਸਾਡਾ ਕਿੰਨੇ ਰੁਪਏ ਚ ਪ੍ਰੋਗਰਾਮ ਕਰੋਗੇ। ਪਹਿਲਾਂ ਤਾਂ ਸੰਗੜਾ ਵੀ ਨਹੀਂ ਯਾਰ ਅਸੀਂ ਕਿਤੇ ਨਚਾਰ ਜੇ ਹਾਂ ਵੀ ਅਸੀਂ ਨੀ ਸਾਈ ਨੀ ਅਸੀਂ ਤਾਂ ਸ਼ੌਕੀਆ ਕਰਦੇ ਹਾਂ। ਤੇ ਫਿਰ ਤੁਹਾਨੂੰ ਪਤਾ ਕਿ ਸ਼ੌਕ ਦੇ ਵਿੱਚ ਇੱਕ ਚੀਜ਼ਾਂ ਨੂੰ ਨੀਚ ਨਾਲ ਦੇਖਣ ਦੀ, ਬੀਬੀਆਂ ਕਿਵੇਂ ਨੱਚਦੀਆਂ ਨੇ, ਕੀ ਉਹਨਾਂ ਦੀ ਬੋਡੀ ਲੈਂਗੁਏਜ ਹੈ, ਕਿੱਦਾਂ ਦਾ ਉਹ ਪੱਬ ਮਾਰਦੀਆਂ, ਕਿੱਦਾਂ ਦੀ ਅੱਡੀ ਮਾਰਦੀਆਂ, ਕਿਵੇਂ ਉਹਨਾਂ ਦਾ ਹੱਥ ਚੱਲਦਾ, ਕਿਵੇਂ ਉਹ ਅੱਖਾਂ ਦੇ ਇਸ਼ਾਰੇ ਕਰਦੀਆਂ, ਕਿਵੇਂ ਉਹ ਸਰੀਰ ਨੂੰ ਮਟਕਾਉਂਦੀਆਂ ਨੇ, ਉਹ ਦੇਖਣ ਦੇ ਮਾਰੇ ਵੀ ਲੱਗਿਆ ਕਿ ਨਹੀਂ ਯਾਰ ਕੋਈ ਗੱਲ ਨੀ, ਜੇ ਮੇਰਾ ਅਸਤਿਤਵ ਥੋੜਾ ਲੰਬੇ ਵੀ ਹੁੰਦਾ, ਅਸਤਿਤਵ ਤਾਂ ਗੋਡ ਨੇ ਦੇ ਤਾ, ਕੀ ਪਤਾ ਕਿਹੜੇ ਰੂਪ ਦੇ ਵਿੱਚ ਮੈਨੂੰ ਉਹ ਅਸਤਿਤਵ ਰਿਫਲੈਕਟ ਹੋ ਕੇ ਆ ਜਾਣਾ। ਤੇ ਜਦੋਂ ਮੈਂ ਦੇਖਿਆ ਕਿ ਬੀਬੀਆਂ ਦੀ ਕੀ ਲਟਕੇ ਝਟਕੇ ਨੇ, ਕਿਵੇਂ ਉਹ ਨੱਚਦੀਆਂ, ਕਿਵੇਂ ਅੱਖਾਂ ਮਟਕਾਉਂਦੀਆਂ, ਕਿਸ ਬੋਲੀ ਤੇ ਉਹ ਕੀ ਐਕਸ਼ਨ ਕਰਨਾ, ਤਮਾਸ਼ੇ ਕਿੱਦਾਂ ਕਰਦੀਆਂ, ਤੇ ਗੀਤਾਂ ਦੀ ਤਰ੍ਹਾਂ ਉਹ ਫਿਰ ਮੇਰੇ ਬਲੋਟਿੰਗ ਪੇਪਰ ਦੀ ਤਰ੍ਹਾਂ ਮੇਰੇ ਅੰਦਰ ਨੂੰ ਪੋਰ ਹੁੰਦਾ ਗਿਆ, ਢਲਦਾ ਗਿਆ ਅੰਦਰ ਨੂੰ, ਮੀਂਹ ਦੇ ਛਰੱਟੇ ਵਾਂਗ ਇੱਕ ਜ਼ਮੀਨ ਦੇ ਉੱਤੇ ਤਰਦਾ ਰਿਹਾ। ਫਿਰ ਹੌਲੀ ਹੌਲੀ ਦੇਖੋ ਅੱਗੇ ਯੂਥ ਫੈਸਟੀਵਲ ਦੀ ਗੱਲ ਆ ਜਾਂਦੀ ਹੈ, ਜਦੋਂ ਯੂਥ ਫੈਸਟੀਵਲ ਦੇ ਫੀਲਡ ਦੇ ਵਿੱਚ ਵੜੇ, ਉਸ ਖੇਤਰ ਚ ਪੈਰ ਧਰਿਆ ਤਾਂ ਉੱਥੇ ਲੱਗਿਆ ਕਿ ਇੱਥੇ ਜਿਹੜਾ ਉਹ ਬੀਬੀਆਂ ਦੀ ਨਜ਼ਾਕਤ, ਉਹਨਾਂ ਦੀ ਨਫਾਸਤ, ਉਹਨਾਂ ਦੇ ਕਿੱਦਾਂ ਅੰਗ ਪੈਰ ਚੱਲਦੇ ਨੇ ਉਹ ਤਾਂ ਇੱਥੇ ਹੈ ਹੀ ਨੀ ਗੇ, ਇੱਥੇ ਤਾਂ ਦਗੜ 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 ਹੈ ਸਟੇਜ ਦੇ ਉੱਤੇ, ਸਿਰ ਹਿਲਾਉਣੇ, ਜਿਹਦਾ ਤੇਜ ਗਿੱਧਾ ਤੇ ਉਹ ਫਸਟ ਆ ਜਾਣਾ ਹੈ। ਤੇ ਫਿਰ ਉੱਥੇ ਮੈਂ ਉਸ ਵਕਤ ਡਾਕਟਰ ਨਾਰ ਸਿੰਘ ਹੋਰਾਂ ਕੋਲ ਐਮ ਫਿਲ ਕਰ ਰਿਹਾ ਸੀਗਾ, ਪੰਜਾਬ ਯੂਨੀਵਰਸਿਟੀ ਮੈਂ ਉਹਨਾਂ ਦੇ ਅੰਡਰ ਐਮ ਫਿਲ ਕੀਤੀ ਆ, ਤੇ ਉਹਨਾਂ ਨਾਲ ਮੈਂ ਡਿਸਕਸ ਕਰਨੀ, ਉਹਨਾਂ ਨੇ ਮੈਂ ਕਹਿਣਾ ਵੀ ਸਰ ਮੈਂ ਠੰਡਾ ਜਿਹਾ ਗਿੱਧਾ ਲੈ ਜਾਂਦਾ ਤੇ ਮੇਰੇ ਗਿੱਧੇ ਨੂੰ ਕੋਈ ਪੋਜੀਸ਼ਨ ਹੀ ਨਹੀਂ ਆਉਂਦੀ, ਉਹ ਕਹਿੰਦੇ ਕੋਈ ਗੱਲ ਨੀ ਤੂੰ ਠੰਡ ਰੱਖ ਤੂੰ ਏਦਾਂ ਹੀ ਚੱਲਦਾ ਰਹਿ। ਫਿਰ ਹੌਲੀ ਹੌਲੀ ਸੋਫਿਸਟੀਕੇਸ਼ਨ, ਔਰਤ ਨੂੰ ਔਰਤ ਵਾਲੀ ਨਜ਼ਾਕਤ ਨਾਲ ਜਦੋਂ ਮੈਂ ਕੋਸ਼ਿਸ਼ ਕੀਤੀ ਕਿ ਨਚਾਇਆ ਤੇ ਉਸ ਨੂੰ ਨੰਬਰ ਵੀ ਮਿਲਣੇ ਸ਼ੁਰੂ ਹੋ ਗਏ, ਜਿਹਦੇ ਨਾਲ ਇਹ ਹੋ ਗਿਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਵਕਤ ਇਹ ਵੀ ਆਇਆ ਕਿ ਜਦੋਂ ਟੀਮਾਂ ਆਉਂਦੀਆਂ ਸੀ, ਬਹੁਤ ਸਾਰੇ ਕੋਚਿਸ ਦੋਸਤ ਮਿੱਤਰ ਭੈਣ ਭਾਈ ਇਹ ਕਹਿੰਦੇ ਸੀ ਕਿ ਜੋਰੇ ਦਾ ਗਿੱਧਾ ਦੇਖਣ ਜਾਣਾ, ਤੇ ਕਾਲਜ ਦਾ ਨਾਮ ਨਹੀਂ ਸੀ ਹੁੰਦਾ,
ਸੁਹੱਪਣ ਬਹੁਤ ਹੁੰਦਾ ਸੀ, ਉਹਨਾਂ ਦਾ ਰਿਦਮ ਬਹੁਤ ਅੱਛਾ ਹੁੰਦਾ ਸੀ ਕਿਉਂਕਿ ਅਸੀਂ ਇਮੀਟੇਸ਼ਨ ਨਾਲ ਸਾਰੇ ਸਿੱਖਦੇ ਹਾਂ, ਅਸੀਂ ਦੂਸਰਿਆਂ ਤੋਂ ਇੰਸਪਾਇਰ ਵੀ ਹੁੰਦੇ ਹਾਂ। ਫਿਰ ਥੋੜਾ ਜਿਹਾ ਉਸ ਫੋਕ ਗਿੱਧੇ ਨੂੰ ਸਟੇਜ ਤੇ ਕਿਵੇਂ ਲੈ ਕੇ ਜਾਣਾ ਇਹ ਵੀ ਸਿੱਖਿਆ ਕਿ ਕਿਉਂਕਿ ਨਿਰਾ ਉਹ ਵਾਲਾ ਫੋਕ ਜੇ ਅਸੀਂ ਲੈ ਕੇ ਜਾਂਦੇ ਹਾਂ ਤਾਂ ਫਿਰ ਉੱਥੇ ਜਾ ਕੇ ਉਹ ਵੀ ਡਿਸ ਹੋ ਜਾਂਦਾ ਹੈ। ਤੇ ਫਿਰ ਦੇਖਣਾ ਕਿ ਉਹਦੀ ਕੋਆਰਡੀਨੇਸ਼ਨ ਆਪਸ ਵਿੱਚ ਉਹਦੀ ਕੋਲੈਬੋਰੇਸ਼ਨ ਕਿਵੇਂ ਕਰਨੀ ਹੈ। ਉਹਦੇ ਨਾਲ ਜ਼ੋਰਾ ਜ਼ੋਰੇ ਦਾ ਗਿੱਧਾ ਉਹਦੇ ਨਾਲ ਹਿੱਟ ਹੋਇਆ। ਤੇ ਉਸ ਤੋਂ ਇਲਾਵਾ ਜਿਹੜੀ ਅਸਲ ਦੇ ਵਿੱਚ ਇਹ ਸੀ ਕਿ ਆਪਣੀ ਜਿਹੜੀ ਰੂਹਦਾਰੀ ਸੀ ਉਹ ਪੂਰੀ ਨਹੀਂ ਸੀ ਹੁੰਦੀ ਯੂਥ ਫੈਸਟੀਵਲ ਤੇ, ਕਿਉਂਕਿ ਉੱਥੇ ਕਈ ਵਾਰੀ ਇੱਕ ਮੇਣਾ ਵੱਜਦਾ ਸੀ ਕਿ ਮੁੰਡੇ ਗਿੱਧਾ ਕਰਾਉਣ ਲੱਗ ਗਏ, ਬੀਬੀਆਂ ਨੇ ਮਤਲਬ, ਕਿਉਂਕਿ ਵੈਸੇ ਤਾਂ ਔਰਤ ਦਾ ਨਾਚ ਹੈ ਇਹ, ਪਰ ਜੇ ਹੁਣ ਕੁਦਰਤ ਦੇ ਅਸੂਲ ਨੂੰ ਦੇਖੀਏ ਟੈਲੈਂਟ ਤਾਂ ਨਾ ਮੇਰੇ ਬਾਪ ਦਾ ਨਾ ਕਿਸੇ ਦੇ ਬਾਪ ਦਾ, ਕਿਸੇ ਚ ਉਹਨੇ ਰੱਬ ਨੇ ਗੋਡ ਨੇ ਵਾਹਿਗੁਰੂ ਨੇ ਜਾਂ ਭਗਵਾਨ ਨੇ ਜਿਹਨੇ ਵੀ ਪਾ ਤਾ ਮੇਰੀ ਮੇਰੀ ਮਿੱਟੀ ਚ, ਮੇਰੇ ਪੋਤੜਿਆਂ ਚ ਜਾਂ ਮੇਰੀ ਗੁਣਤੀ ਦੇ ਵਿੱਚ ਮੇਰੀ ਮਾਂ ਨੇ ਦੇਤਾ ਜਾਂ ਭੈਣਾਂ ਨੇ ਮੈਨੂੰ ਦੱਸਤਾ ਜਾਂ ਮੇਰੇ ਰੋਮਾਂ ਨੇ ਉਹ ਚੀਜ਼ ਐਬਸੋਰਬ ਕਰ ਲਈ ਬਾਹਰੋਂ, ਕਿਉਂਕਿ ਮੇਰੇ ਅੰਦਰ ਦਾ ਮਾਹੌਲ ਉਦਾਂ ਦਾ ਸੀ, ਉਸ ਮਿੱਟੀ ਨੂੰ ਉਹ ਐਕਸਪੋਜ਼ਰ ਮਿਲਿਆ। ਤੇ ਫਿਰ ਮਿਹਣੇ ਮਿਲਣੇ ਵੀ ਮੁੰਡੇ ਗਿੱਧਾ ਕਰਾਉਣ ਲੱਗ ਗਏ, ਗਿੱਧਿਆਂ ਦਾ ਰੂਪ ਵਿਗੜ ਗਿਆ। ਇਸ ਲਈ ਫਿਰ ਮੈਂ ਸੋਚਿਆ ਵੀ ਨਹੀਂ, ਜੇ ਮੁੰਡੇ ਮੁੰਡੇ ਰੂਪ ਚ ਨਹੀਂ ਤੇ ਫਿਰ ਔਰਤ ਦਾ ਰੂਪ ਵਟਾ ਕੇ ਇਸ ਨੂੰ ਦੇਖੋ। ਜਿਹੜਾ ਤਜਰਬਾ ਕੀਤਾ, ਸੋ ਮੈਨੀ ਈਅਰਸ ਹੋ ਗਏ ਤੇ ਉਹ ਤਜਰਬਾ ਕਾਮਯਾਬ ਹੋਇਆ। ਲੋਕਾਂ ਨੇ ਖਾਸ ਕਰਕੇ ਜਿਹੜੀਆਂ ਬਹੁਤ ਪੁਰਾਣੀਆਂ ਬੀਬੀਆਂ ਨੇ 70-70 ਸਾਲ, ਜਦੋਂ ਮੈਨੂੰ ਫੋਨ ਆਉਂਦੇ ਨੇ, ਕੋਈ ਗੱਲ ਕਰਦੇ ਨੇ, ਕੋਈ ਵੀਰ ਜੀ ਗੱਲ ਕਰਦੇ ਨੇ, ਕੋਈ ਭੈਣ ਜੀ ਗੱਲ ਕਰਦੇ ਨੇ, ਤੇ ਜਦੋਂ ਉਹ ਕਹਿੰਦੇ ਨੇ ਆ ਸਾਡੀ ਬੇਬੇ ਆ, ਇਹ 80 ਸਾਲ ਦੀ ਇਹਦੀ ਉਮਰ ਹੈ, ਇਹਨਾਂ ਨਾਲ ਗੱਲ ਕਰਿਓ, ਇਹ ਤੁਹਾਨੂੰ ਸ਼ਾਬਾਸ਼ ਦੇਣੀ ਚਾਹੁੰਦੇ ਨੇ, ਤੇ ਮੇਰੇ ਵਾਸਤੇ ਉਹ ਬਹੁਤ ਵੱਡਾ ਸਨਮਾਨ ਹੁੰਦਾ ਹੈ। ਉਹ ਕਹਿੰਦੀਆਂ ਨੇ ਕਿ ਪੁੱਤ ਜਿਉਂਦਾ ਰਹਿ ਤੇ ਤੂੰ ਤਾਂ ਸਾਨੂੰ ਵੀ ਫੇਲ ਕਰਤਾ। ਮੈਨੂੰ ਬੜਾ ਮਾਣ ਹੁੰਦਾ ਕਿ ਤੂੰ ਜੋ ਅਸੀਂ ਨੱਚਦੀਆਂ ਸੀ, ਜੋ ਅਸੀਂ ਗਾਉਂਦੀਆਂ ਸੀ, ਅਸੀਂ ਕਰਦੀਆਂ ਸੀ, ਉਹ ਤੂੰ ਸਾਨੂੰ ਦੁਬਾਰਾ 60-70 ਸਾਲ ਬਾਅਦ ਸਾਡੇ ਮੂਹਰੇ ਲਿਆ ਕੇ ਰੱਖਤਾ। ਤੇ ਉਸ ਵੇਲੇ ਮੇਰੀ ਉਹ ਰੂਹ ਜਿਹੜੀ ਉਸ ਵਕਤ ਜਿਹੜਾ ਮੇਰੇ ਪਿੰਡ ਚ ਪੈਂਦਾ ਗਿੱਧਾ ਮੇਰੇ ਮਨ ਰਾਹੀਂ ਮੇਰੇ ਦਿਲ ਦੀ ਧਰਤੀ ਦੇ ਉੱਤੇ ਫੈਲਿਆ ਸੀ, ਉਹ ਮੈਨੂੰ ਫਿਰ ਖਿੜਿਆ ਖਿੜਿਆ ਖੁਸ਼ਬੂ ਦਿੰਦਾ। ਤੇ ਉੱਥੇ ਆ ਕੇ ਉਹ ਸਾਰੇ ਮਿਹਣੇ ਜਿਹੜੇ ਜਦੋਂ ਅਸੀਂ ਇਹ ਰੂਪ ਵਟਾ ਕੇ ਜਾਂਦੇ ਹਾਂ, ਕਿਉਂਕਿ ਸਾਡਾ ਸਮਾਜ ਹੈ, ਤੇ ਉਹ ਜਿਹੜੇ ਕਈ ਵਾਰੀ 100 ਚੋਂ 1-2 ਮਿਹਣੇ ਵੀ ਵੱਜ ਜਾਂਦੇ ਨੇ, ਹਨਾ, ਤੇ ਉਹ ਮਿਹਣੇ ਫਿਰ ਉੱਥੇ ਆ ਕੇ ਇਹ ਹੋ ਜਾਂਦਾ ਕਿ ਕੋਈ ਗੱਲ ਨੀ, ਮਿਹਣੇ ਵਾਲਿਓ ਮਿਹਣਾ ਮਾਰ ਲਓ। ਜਿਹਦਾ ਜਿਹਦੀ ਕਲਾ ਸੀ ਮੈਂ ਆਪਣੇ ਅੰਦਰ ਸਮੋਈ, ਉਹਨਾਂ ਨੇ ਮੈਨੂੰ ਸ਼ਾਬਾਸ਼ ਦੇ ਦਿੱਤੀ, ਉੱਥੋਂ ਉੱਥੇ ਮੇਰੀ ਵਾਹਵਾ ਹੋਈ। ਤੇ ਹੋਰ ਮੈਨੂੰ ਕੀ ਮਿਹਣਿਆਂ ਤੋਂ ਪਹਿਲਾਂ ਤੋਂ ਮੈਂ ਡਰਿਆ ਵੀ ਨੀ, ਤੇ ਮੁੜ ਕੇ ਹੁਣ ਡਰਨ ਦੀ ਲੋੜ ਵੀ ਨਹੀਂ। ਤੇ ਜਿਹੜਾ ਜਿਸ ਤਰ੍ਹਾਂ ਡਾਕਟਰ ਸਾਹਿਬ ਨਾਲ ਕੱਲ ਡਿਸਕਸ਼ਨ ਹੋ ਗਈ ਸੀ ਕਿ ਮਲਵਈ ਗਿੱਧਾ ਇਹ ਨਹੀਂ ਹੈਗਾ, ਕਿਉਂਕਿ ਮਲਵਈ ਗਿੱਧਾ ਜਿਹੜੇ ਮੁੰਡੇ ਨੇ ਉਹ ਮੁੰਡਿਆਂ ਦੇ ਰੂਪ ਦੇ ਵਿੱਚ ਪਾਉਂਦੇ ਨੇ, ਤੇ ਜਿਹੜੀ ਮਲਵਈ ਗਿੱਧੇ ਦੀ ਫੋਰਮ ਉਹ ਫੋਰਮ ਮਾਲਵੇ ਦੇ ਵਿੱਚ ਕਿਵੇਂ ਪੈਦਾ ਹੋਈ ਉਹਦਾ ਤੁਸੀਂ ਜਾਣਦੇ ਹੋ, ਬਹੁਤ ਵੱਡੇ ਵੱਡੇ ਉਹਦੇ ਤੇ ਰਿਸਰਚਾਂ ਕੀਤੀਆਂ ਨੇ, ਬਹੁਤ ਸਾਰੇ ਰਿਸਰਚਰ ਬੈਠੇ ਨੇ। ਪਰ ਉਹਦੇ ਵਿੱਚ ਜਿਹੜੀ ਇੱਕ ਖਾਸ ਚੀਜ਼ ਹੁੰਦੀ ਸੀ ਕਿ ਜਿਹੜੇ ਪਿੰਡ ਦੇ ਮੁੰਡੇ ਜਦੋਂ ਬਰਾਤ ਚੜੀ ਹੋਈ ਹੈ ਮੇਲਣਾ ਨਾਲ ਜਿੱਦਣ ਵਿੱਦਣ ਵਾਸਤੇ ਨੱਚਣ ਵਾਸਤੇ ਇਕੱਠੇ ਹੋ ਕੇ ਆ ਜਾਂਦੇ ਸੀ, ਤਾਂ ਉਹ ਆਪਣੇ ਵਿੱਚੋਂ ਇੱਕ ਜਾਂ ਦੋ ਮੁੰਡਿਆਂ ਨੂੰ ਔਰਤਾਂ ਵਾਲੇ ਕੱਪੜੇ ਪਵਾ ਕੇ ਨਾਲ ਲਿਆਉਂਦੇ। ਇਹ ਜ਼ਰੂਰੀ ਸੀ ਉਸ ਗਿੱਧੇ ਦਾ ਇੱਕ ਹਿੱਸਾ, ਚਾਹੇ ਉਹ ਹਾਸਾ ਠੱਠਾ ਲਾ ਲਓ ਜਾਂ ਫਿਰ ਇੱਕ ਇੱਕ ਦਾਇਰਾ ਹੁੰਦਾ ਸੀ, ਕਿਉਂਕਿ ਉਹ ਮਰਦ ਰੂਪ ਦੇ ਵਿੱਚ ਜਨਾਨੀਆਂ ਨਾਲ ਉਹਨਾਂ ਨੇ ਖਾਸ ਕਰਕੇ ਨਾਨਕਾ ਮੇਲ ਦੀਆਂ ਬੀਬੀਆਂ ਨਾਲ ਨੱਚਣਾ ਹੁੰਦਾ ਸੀ, ਤਾਂ ਉਹ ਉਸ ਮੁੰਡੇ ਨੂੰ ਹੀ ਪਿੜ ਚ ਤਾਰਦੇ ਹੁੰਦੇ ਸੀ ਜਿਹਨੇ ਔਰਤਾਂ ਵਾਲੇ ਕੱਪੜੇ ਪਾਏ ਹੁੰਦੇ ਸੀ, ਤੇ ਬਾਕੀ ਮੁੰਡੇ ਬਾਹਰ ਖੜ ਕੇ ਬੋਲੀਆਂ ਪਾਉਂਦੇ ਸੀ ਜਾਂ ਐਡੀਸ਼ਨ ਦੇ ਵਿੱਚ ਐਡ ਕਰਦੇ ਸੀ। ਤੇ ਮੇਰਾ ਖਿਆਲ ਹੈ ਉਹ ਵੀ ਉਹੋ ਜਿਹੇ ਮੁੰਡੇ ਹੁੰਦੇ ਹੋਣਗੇ ਜਿਹਨਾਂ ਦੇ ਵਿੱਚ ਮੇਰੇ ਵਾਂਗ ਕੁੜੀਆਂ ਵਾਲੇ ਇੱਕ ਨਜ਼ਾਕਤ, ਕੁੜੀਆਂ ਵਰਗੀ ਇੱਕ ਸੋਚ, ਤੇ ਕੁੜੀਆਂ ਦੇ ਗੀਤਾਂ, ਬੀਬੀਆਂ ਦੇ ਗੀਤਾਂ ਨੂੰ ਸੁਣਨ ਵਾਲੇ, ਕਿਉਂਕਿ ਆਮ ਤੌਰ ਤੇ
ਬੰਦਾ ਚੰਗਾ ਭਲਾ ਬੰਦਾ ਆਮ ਤੌਰ ਤੇ ਜਿਹੜਾ ਮਰਦਾ ਉਹ ਹੈਜੀਟੇਟ ਕਰੂਗਾ ਹਨਾ, ਜਿਵੇਂ ਹੁਣ ਨਾਟਕਾਂ ਚੇਟਕਾਂ ਚ ਫਿਲਮਾਂ ਦੇ ਵਿੱਚ ਤਾਂ ਬੜਾ ਕੁਛ ਚੱਲਦਾ ਹੈ, ਪਰ ਜਦੋਂ ਇਹ ਰੂਪ ਧਾਰਨ ਹੈ ਇਸ ਰੂਪ ਧਾਰਨ ਨੂੰ, ਕਿਉਂਕਿ ਦੇਖੋ ਡਾਂਸਰ ਅੰਗਰੇਜ਼ੀ ਦਾ ਸ਼ਬਦ ਹੈ, ਅਸੀਂ ਡਾਂਸਰ ਕਹਾਉਣਾ ਪਸੰਦ ਕਰਦੇ ਹਾਂ, ਪਰ ਜੇ ਸਾਨੂੰ ਨਚਾਰ ਕਹਿੰਦੇ ਆ ਉਹਦੀ ਵਜ੍ਹਾ ਕੀ ਹੈ? ਵੈਸੇ ਤਾਂ ਨਾਚ ਕਾਮਨ ਨੇਮ ਹੈ ਤੇ ਨਾਚ ਨੂੰ ਨੱਚਣ ਵਾਲਾ ਨਚਾਰ ਹੈ ਜੇ ਉਹਨੂੰ ਪੰਜਾਬੀ ਚ ਕਹੀਏ, ਡਾਂਸ ਤੇ ਡਾਂਸਰ, ਪਰ ਕਿਉਂਕਿ ਇਹ ਸਾਡੇ ਪੰਜਾਬੀ ਦੇ ਵਿੱਚ ਖਾਸ ਕਰਕੇ ਇੱਕ ਟੈਕਨੀਕਲ ਸ਼ਬਦ ਉਸ ਨੱਚਣ ਵਾਲੇ ਨੂੰ ਹੀ ਦੇ ਦਿੱਤਾ ਗਿਆ ਜਿਹੜਾ ਮੁੰਡਾ ਕੁੜੀ ਦਾ ਰੂਪ ਧਾਰ ਕੇ ਨੱਚਦਾ। ਪਰ ਮੈਂ ਇੱਥੇ ਤੁਹਾਨੂੰ ਇਹ ਦੱਸਾਂ ਕਿ ਜਿਹੜਾ ਮੇਰੇ ਵਾਲੀ ਨਚਾਰ ਵਾਲੀ ਫਾਰਮ ਹੈ ਉਹਦਾ ਦੂਸਰੀਆਂ ਨਚਾਰ ਫਾਰਮਸ ਨਾਲੋਂ ਬਹੁਤ ਜ਼ਿਆਦਾ ਮੈਂ ਫਰਕ ਲੈ ਕੇ ਚੱਲਿਆ। ਇੱਕ ਤਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਪੜ੍ਹਨ ਕਰਕੇ ਜਿਹੜੀਆਂ ਕਿਤਾਬਾਂ ਨੇ, ਕਿਤਾਬਾਂ ਜਦੋਂ ਮੈਂ ਲਿਟਰੇਚਰ ਛਾਣਿਆ ਤੇ ਵਧੀਆ ਪੜ੍ਹੇ ਲਿਖੇ ਇਨਸਾਨਾਂ ਦੇ ਵਿੱਚ ਗੁਜ਼ਰਿਆ, ਪ੍ਰੋਫੈਸਰ ਲੋਕਾਂ ਦੇ ਨਾਲ ਬੈਠਿਆ ਤੇ ਦੇਖਿਆ ਕਿ ਕਿਤਾਬਾਂ ਤੇ ਉਹ ਲੋਕਾਂ ਦੀ ਸੋਚ ਬੜਾ ਕੁਛ ਬਖਸ਼ਦੀ ਹੈ, ਤੁਹਾਡੇ ਅੰਦਰ ਨੂੰ ਸਟਰੋਂਗ ਵੀ ਕਰਦੀ ਹੈ। ਕਿਤਾਬ ਦਾ ਇੱਕ ਵਰਕਾ ਨੀਜ ਨਾਲ ਪੜ੍ਹਿਆ ਹੋਇਆ ਤੁਹਾਨੂੰ ਵੱਡੇ ਵੱਡੇ ਖੰਭ ਦੇ ਦਿੰਦਾ ਹੈ ਜਿਹਦੇ ਨਾਲ ਤੁਹਾਡੀ ਸੋਚ ਮਜ਼ਬੂਤ ਹੁੰਦੀ ਹੈ। ਤੇ ਉਹ ਕੀ ਸੀ, ਬੀਨ ਵਾਜੇ ਚ ਸਾਡੇ ਨਚਾਰ ਨੱਚਦੇ ਹੁੰਦੇ ਸੀ ਤੇ ਬੀਨ ਵਾਜੇ ਦੀ ਜਿਹੜੀ ਸਿਨਫ ਸੀ, ਜਿਹੜਾ ਯਾਨਰ ਸੀ ਉਸਦੇ ਜਿਹੜਾ ਨਚਾਰ ਨੱਚਦਾ ਸੀ ਉਹਦਾ ਮੇਨ ਮਕਸਦ ਕੀ ਹੁੰਦਾ ਸੀ ਕਿ ਉਹਨੇ ਉੱਥੇ ਜ਼ਿਆਦਾਤਰ ਮਰਦਾਂ ਦੇ ਵਿੱਚ ਬਰਾਤ ਚ ਜਾਣਾ, ਉਹਨੇ ਮਰਦਾਂ ਦੇ ਵਿੱਚ ਨੱਚਣਾ ਹੁੰਦਾ ਸੀ। ਉਹਦੀਆਂ ਨੱਚਣ ਦੀਆਂ ਮੁਦਰਾਵਾਂ ਇੱਦਾਂ ਦੀਆਂ ਹੁੰਦੀਆਂ ਸੀ ਕਿ ਉਹਨੇ ਮਰਦ ਮੈਂਬਰਾਂ ਨੂੰ ਆਪਣੇ ਵੱਲ ਅਟਰੈਕਟ ਕਰਨਾ ਤੇ ਪੈਸੇ ਕਢਾਉਣੇ ਉਹਨਾਂ ਨੂੰ ਓਦਾਂ ਦੀਆਂ, ਆਪਾਂ ਅਸ਼ਲੀਲ ਨਹੀਂ ਕਹਿ ਸਕਦੇ, ਉਹਨਾਂ ਦੀਆਂ ਮੁਦਰਾਵਾਂ ਓਦਾਂ ਦੀਆਂ ਸੀ ਜਿਹੜੀਆਂ ਨੂੰ ਅਸੀਂ ਆਪਣੇ ਹਿਸਾਬ ਨਾਲ, ਅਸੀਂ ਅੱਜ ਦੇ ਹਿਸਾਬ ਨਾਲ ਸੋਸ਼ਲ ਨਹੀਂ ਸੀ ਕਹਿੰਦੇ। ਇੱਕ ਉਹ ਬੀਨ ਵਾਜੇ ਵਾਲੇ ਨਚਾਰ ਜਿਨ੍ਹਾਂ ਨੇ ਘੁੰਡ ਕੱਢ ਕੇ ਦੂਰੋਂ ਆ ਕੇ ਮੂੰਹ ਚ ਰੁਪਈਆ ਫੜਿਆ ਹੁੰਦਾ ਸੀ, ਉਹਨਾਂ ਨੇ ਮੂੰਹ ਨਾਲ ਰੁਪਈਆ ਫੜਨਾ ਹੁੰਦਾ ਸੀ। ਤੇ ਉਸ ਤੋਂ ਬਾਅਦ ਫਿਰ ਡਰਾਮੇ, ਫਿਰ ਪਿੰਡਾਂ ਦੇ ਵਿੱਚ ਇੱਕ ਝੂਰਾਂ ਦੇ ਮੰਗ ਤੇ ਕਹਿੰਦੇ ਹੁੰਦੇ ਸੀ, ਉਹਨਾਂ ਦੀਆਂ ਜਨਾਨੀਆਂ ਨੱਚਦੀਆਂ ਸੀ ਪਰ ਉਹ ਵੱਖਰੀ ਚੀਜ਼ ਹੈ। ਇੱਕ ਫਿਰ ਪਿੰਡ ਦੇ ਵਿੱਚ ਜਲਸਾ ਆਉਂਦਾ ਹੁੰਦਾ ਸੀ, ਇੱਕ ਮਸ਼ਾਲਚੀ ਹੁੰਦਾ ਸੀ, ਉਹਨੇ ਨਚਾਰ ਦੇ ਮੂੰਹ ਦੇ ਉੱਤੇ ਮਸ਼ਾਲ ਰੱਖਣੀ ਕਿ ਨਚਾਰ ਦੀਆਂ ਫੇਸ ਦੀਆਂ ਉਹਦੇ ਉੱਪਰਲੇ ਸਰੀਰ ਦੀਆਂ ਮੁਦਰਾਵਾਂ ਅਦਾਵਾਂ ਉਹ ਦਿਸਦੀਆਂ ਰਹਿਣ, ਜਿਵੇਂ ਨਚਾਰ ਨੇ ਛਾਲ ਮਾਰਨੀ ਜਿਹੜੀ ਅਦਾ ਨਚਾਰ ਨੇ ਕਰਨੀ ਉਹੀ ਅਦਾ ਮਸ਼ਾਲਚੀ ਨੇ ਕਰਨੀ। ਇਸੇ ਕਰਕੇ ਸਾਡੇ ਏਰੀਏ ਦੇ ਸੇਹ ਦੇ ਇੱਕ ਅਵਤਾਰ ਸਿੰਘ ਬਿਲਿੰਗ ਜੀ ਨਾਵਲਕਾਰ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਨਿਰੰਜਣ ਮਸ਼ਾਲਚੀ ਨਾਵਲ ਲਿਖਿਆ ਸੀ, ਉਹਨਾਂ ਦਾ ਨਾਵਲ ਹੈਗਾ। ਤੇ ਮੇਰੇ ਪਿੰਡ ਦੋ ਭਾਈ ਬਹੁਤ ਮਸ਼ਹੂਰ ਮਸ਼ਾਲਚੀ, ਇੱਕ ਧਰਮਾ ਤੇ ਇੱਕ ਟਹਿਲੂ, ਬਿਲਕੁਲ ਪਤਲੇ ਪਤੰਗ ਹੁੰਦੇ ਸੀ, ਉਹ ਨਚਾਰ ਨੂੰ ਵੀ ਕਹਿੰਦੇ ਵੀ ਉੱਚੀ ਛਾਲ ਮਾਰਦੇ ਨੇ, ਤੇ ਉਹ ਵੀ ਮਨ ਦੇ ਵਿੱਚ ਬੈਠਦੀਆਂ ਗਈਆਂ ਚੀਜ਼ਾਂ। ਫਿਰ ਡਰਾਮਾ ਆ ਗਿਆ ਜਿਹੜਾ ਸਟੇਜ ਤੇ ਖੇਡਿਆ ਜਾਂਦਾ ਸੀ, ਜਿਸ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਕਮਲ ਨਚਾਰ ਸੀ ਜਿਹੜਾ ਉਹ ਸਾਡੇ ਵਾਰੀ ਬੁੱਢਾ ਹੋ ਗਿਆ ਸੀ, ਫਿਰ ਪੰਮੀ ਨਚਾਰ ਹੋ ਗਿਆ, ਫਿਰ ਮਤਲਬ ਉਹਨਾਂ ਬਾਰੇ ਗੱਲਾਂ ਸੁਣਨੀਆਂ ਵੀ ਜਦੋਂ ਇਹ ਘੱਗਰਾ ਪਾ ਕੇ ਸਟੇਜ ਦੇ ਉੱਤੇ ਨੱਚਦੇ ਨੇ ਕਿ ਧਰਤੀ ਹਿਲਾ ਦਿੰਦੇ ਨੇ, ਧੂੜ ਪੱਟ ਦਿੰਦੇ ਨੇ, ਉਹ ਮਨ ਦੇ ਵਿੱਚ ਗੱਲਾਂ ਵਸਦੀਆਂ ਗਈਆਂ, ਇੱਕ ਮਾਹੌਲ ਬਣਦਾ ਗਿਆ ਲੰਬਾ। ਤੇ ਉਸ ਤੋਂ ਬਾਅਦ ਫਿਰ ਡਰਾਮੇ ਹੋਣੇ, ਤੇ ਉਸ ਤੋਂ ਬਾਅਦ ਜਦੋਂ ਮੈਂ ਇਹ ਆਪਣਾ ਕੰਮ ਇੱਕ ਵਖਰਿਆ ਕੇ, ਦੇਖੋ ਬਾਜੇ ਦੇ ਨਚਾਰ ਹੋ ਗਏ, ਨਕਲਾਂ ਦੇ ਨਚਾਰ ਹੋ ਗਏ, ਜਲਸੇ ਦੇ ਨਚਾਰ ਹੋ ਗਏ, ਡਰਾਮੇ ਦੇ ਨਚਾਰ ਹੋ ਗਏ, ਡਰਾਮੇ ਚ ਰੋਲ ਵੀ ਕਰਦੇ ਸੀ, ਉਸ ਤੋਂ ਬਾਅਦ ਫਿਰ ਆ ਕੇ ਉਹਨਾਂ ਨੇ ਨੱਚਣਾ ਵੀ ਸੀ, ਉਹਨਾਂ ਦੇ ਨਾਚ ਚ ਉਹਨਾਂ ਨੇ ਗੀਤਾਂ ਦੇ ਉੱਤੇ ਨੱਚਣਾ ਸੀ, ਕਈ ਆਪ ਸਿੰਗ ਕਰਦੇ ਸੀ, ਬਹੁਤ ਅੱਛੇ ਅੱਛੇ ਗੀਤ ਗਾਉਂਦੇ ਹੁੰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਫਿਰ ਮੈਂ ਹੌਲੀ ਹੌਲੀ ਦੇਖਿਆ ਕਿ ਨਹੀਂ ਯਾਰ ਇਸ ਨੂੰ ਆਹ ਵੀ ਕੀਤਾ ਜਾ ਸਕਦਾ, ਉਹ ਮਲਵਈ ਗਿੱਧੇ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਕੁੜੀ ਬਣਾ ਕੇ ਲਿਆਉਂਦੇ ਹੁੰਦੇ ਸੀ, ਉਹ ਮੇਰੇ ਮਨ ਦੇ ਵਿੱਚ ਬੈਠਿਆ ਹੋਇਆ ਸੀ, ਕਿਉਂਕਿ ਆਮ ਤੌਰ ਤੇ ਇੱਕ ਬੋਲੀ ਬਣੀ ਹੋਈ ਹੈ ਸਾਡੇ ਤੇ ਵੀ, ਬੀਬੀਆਂ ਪਾ ਦਿੰਦੀਆਂ ਕਿ ਆਨਾ 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 ਕੀ ਤੈਨੂੰ ਭੀੜ ਪਈ ਮਰਦੋਂ ਬੜੇ ਜਨਾਨਾ, ਹਨਾ। ਤੇ ਉਹ ਉਦੋਂ ਵੀ ਪੈਂਦੀ ਸੀ, ਕਈ ਵਾਰੀ ਮੇਰੇ ਨਾਲ ਦੇ ਆਰਟਿਸਟ ਹੁੰਦੇ ਨੇ ਥੋੜਾ ਗੁੱਸਾ ਕਰਦੇ, ਮੈਂ ਨਹੀਂ ਬੇਟਾ ਗੁੱਸਾ ਨਹੀਂ ਕਰਨਾ, ਇਹ ਕਲਚਰ ਹੈ, ਕਿਉਂਕਿ ਮੈਂ ਉਹ ਕੰਸੈਪਟ ਉੱਥੋਂ ਚੱਕਿਆ ਤੇ ਮੈਂ ਕਿਹਾ ਵੀ ਉਹ ਇੱਕ ਬੀਬੀ ਬਣਾ ਕੇ ਲਿਆਉਂਦੇ ਹੁੰਦੇ ਸੀ, ਮੈਂ ਸਾਰੀਆਂ ਬੀਬੀਆਂ ਦਾ ਹੀ ਜੱਥਾ ਬਣਾ ਕੇ ਲੈ ਜਾ ਤੇ ਉਸ ਨੂੰ ਉਹ ਫਾਰਮ ਦਵਾਂ ਜਿਹੜੀ ਸਾਡੀਆਂ ਬੀਬੀਆਂ ਨਾਲੋਂ ਵੀ ਜ਼ਿਆਦਾ ਸੋਬਰ, ਸੋਹਲ, ਨਜ਼ਾਕਤ ਤੇ ਨਫਾਸਤ ਵਾਲੀ ਹੋਵੇ। ਤੇ ਉਹਨੂੰ ਮੈਂ ਅਪਣਾਇਆ, ਅਪਣਾਇਆ ਕਿਉਂ, ਕਿਉਂਕਿ ਮੇਰਾ ਇੱਕ ਫੀਲਡ ਟੀਚਰ ਵਾਲਾ ਫੀਲਡ ਹੈ, ਜੇ ਮੈਂ ਅਦਾਵਾਂ ਦੇ ਵਿੱਚ ਹੇਰ ਫੇਰ ਕਰਦਾ ਤੇ ਮੈਨੂੰ ਲੱਗਦਾ ਕਿ ਮੈਂ ਆਪਣੀ ਕਲਾ ਨਾਲ
टीचिंग वाले फील्डना ते गिद्धे वाले जोड़े नाल चीट कर रहे हैं, रोंड पा रहे हैं, ते मैं उन्हां अदावां नूं उस जगह तो उन्हां बीन बजे वाले ड्रामे वाले जलसे वाले नचारां तो हटाया। ते जदों मैं ए अपना काम स्टार्ट किया, उस तो बाद दुआबे दे विच्चों मेरे नाल मुंडे नचार जुड़ने शुरू होए। ओ नचार कहिंदे सी नकलां दे नचार, क्योंकि दुआबे दे विच नकलां दा आ सीजन इस वारी लॉकडाउन दी वजह करके नकलां बिल्कुल नहीं हो रही, कटमट हो नहीं रहा। ते उधर नकलां ते साल एक एहदियां लोक नाट ते लोक नाच दियां विधावां चलदियां ने, जिहड़ियां हुण तक बहुत मशहूर ने और हर साल दो दो तीन तीन महीने वो जिहड़ियां नकलां ने वो चलदियां रहिंदियां। ते उधरले मुंडे उत्थे नचार बन के जिहनूं वो अपने आप नूं नचार नहीं कहिंदे, वो डांसर कहिंदे ने। मैं सीधा थोड़ा जा देसी चलता हूं भी नचार है यार, बाजे का नचार है, ड्रामे का नचार है, नकलों का नचार है, साल का नचार है, जलसे का नचार है, ते असी जागो दे नचार हाँ। क्यों? क्योंकि मुंडा जिहड़ा कुड़ी बनता उहदे वास्ते फिक्स करता। पर किसी सियाने नाल मेरी गल हुई, उहने वैसे मैनूं इह गल दसी कि जां डिस्कस कीती कि नचण वाला नचार ही है, ਭੰਗੜੇ ਵਾਲਿਆਂ ਨੇ ਭੰਗੜ ਚ ਹੀ ਕਰ ਲਿਆ ਪਰ ਭੰਗੜੇ ਦੇ ਨੱਚਣ ਵਾਲੇ ਨਚਾਰ ਹਨਾ। ਤੇ ਗਿੱਧੇ ਵਾਲੀਆਂ ਕੀ ਕਰਨਗੀਆਂ? ਗਿੱਦੜੀਆਂ, ਲੁੱਡੀ ਵਾਲੇ ਲੁੱਡੇ ਖਾਣਗੇ, ਲੁੱਡੀ ਦੇ ਨਚਾਰ, ਝੂਮਰ ਦੇ ਨਚਾਰ, ਨੱਚਣ ਵਾਲੇ। ਪਰ ਕਿਉਂਕਿ ਸਾਡੇ ਕਲਚਰ ਦੇ ਵਿੱਚ ਸ਼ਬਦਾਂ ਦਾ ਉਤਕਰਸ਼ ਤੇ ਅਪਕਰਸ਼, ਡਾਊਨਗ੍ਰੇਡ ਮੀਨਿੰਗ ਦੇ ਵਿੱਚ ਤੇ ਅਪਗ੍ਰੇਡੇਸ਼ਨ ਹੁੰਦੀ ਰਹਿੰਦੀ ਹੈ, ਤੇ ਕਿਸੇ ਟਾਈਮ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਇਹ ਨਚਾਰ ਸ਼ਬਦ ਨੂੰ ਡਾਊਨਗ੍ਰੇਡ ਕਰਤਾ ਸੀ। ਜਿੱਥੇ ਸਾਡੇ ਘਰਾਂ ਦੇ ਵਿੱਚ ਵੀ ਕਈ ਵਾਰੀ ਨੱਚਣ ਟੱਪਣ ਵਾਲਿਆਂ ਨੂੰ ਜਾਂ ਕੋਈ ਨਾਟਕ ਚੇਚਕ ਵਾਲਿਆਂ ਨੂੰ ਫਿਲਮ ਨੂੰ ਇੰਟਰਸਟ ਰੱਖਣ ਵਾਲਿਆਂ ਨੂੰ ਗਾਉਣ ਵਾਲੇ ਜ਼ੋਰਾਵਰ ਤੁਹਾਡੀ ਗੱਲ ਵਿੱਚ ਹੈ, ਬਹੁਤ ਵਧੀਆ ਤੁਸੀਂ ਗੱਲਬਾਤ ਕਰ ਰਹੇ ਹੋ। ਤੇ ਜਸਵੰਤ ਕਮਲ ਹੋਰਾਂ ਨੇ ਬੜਾ ਵਧੀਆ ਸ਼ਬਦ ਇਹਦੇ ਲਈ, ਕਿਉਂਕਿ ਕਲਾਸੀਕਲ ਵਾਲੇ ਨਿਰਤੰਜਨਾ ਸ਼ਬਦ ਵਰਤਦੇ ਆ। ਜਸਵੰਤ ਕਮਲ ਹੋਰਾਂ ਨੇ ਜਿਹੜੀ ਉਹਨਾਂ ਦਾ ਨਾਵਲ ਹੈ ਤੁਸ਼ਾਲੀ ਦੀ ਹੰਸੋ, ਤੁਸੀਂ ਵੀ ਪੜ੍ਹਿਆ ਹੋਣਾ, ਨਰਤਕ ਸ਼ਬਦ, ਨਰਤਕੀ ਸ਼ਬਦ ਬੜਾ ਅੱਛਾ ਵਰਤਿਆ, ਜਿਹੜਾ ਮੈਨੂੰ ਬੜਾ ਵਧੀਆ ਲੱਗਦਾ, ਕਿਉਂਕਿ ਮੈਂ ਮੰਚ ਦੇ ਤੌਰ ਤੇ ਗੱਲ ਕਰਦਾ, ਮੈਂ ਕਦੇ ਨਚਾਰ ਸ਼ਬਦ ਨਹੀਂ ਵਰਤਦਾ। ਦੂਜੀ ਗੱਲ, ਮੇਰਾ ਸਵਾਲ ਇਹ ਹੈ, ਕਿਉਂਕਿ ਤੁਸੀਂ ਬੜਾ ਵਧੀਆ ਦੱਸ ਰਹੇ ਹੋ, ਕਿਉਂਕਿ ਇਹ ਸਾਰਾ ਕੁਛ ਪੈਰਲਲ ਹੁਣ ਵੀ ਚੱਲ ਹੀ ਰਿਹਾ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਚਾਰਾਂ ਦੀ, ਬੀਨ ਬਾਜੇ ਵਾਲਿਆਂ ਦੀ ਤੇ ਗਿੱਧੇ ਵਾਲਿਆਂ। ਪਰ ਜਿਹੜਾ ਤੁਸੀਂ ਇੱਕ ਪਰਦੇ ਦਾ ਗਿੱਧਾ ਘਰਾਂ ਦੇ ਵਿੱਚੋਂ ਜਦੋਂ ਬੀਬੀਆਂ ਬਰਾਤ ਚੜਾ ਕੇ ਜਾਂ ਕੁੜੀ ਤੋਰ ਕੇ ਕੱਲੀਆਂ ਗਿੱਧਾ ਨੱਚਦੀਆਂ ਸੀ, ਉਹ ਗਿੱਧਾ ਤੁਸੀਂ ਮੰਚ ਤੇ ਲੈ ਕੇ ਆਏ ਜਾਂ ਅਖਾੜਿਆਂ ਚ ਲੈ ਕੇ ਆਏ ਜਾਂ ਮੇਲਿਆਂ ਚ ਲੈ ਕੇ ਆਏ, ਮਤਲਬ ਕਿ ਜਿਹੜਾ ਉਹ ਐਕਸਪੀਰੀਅੰਸ ਹੈ, ਮੈਂ ਚਾਹੁੰਦਾ ਕਿ ਤੁਸੀਂ ਜੇ ਉਹ ਜ਼ਿਆਦਾ ਚੰਗਾ ਹੋਏਗਾ ਤੁਸੀਂ ਉਹ ਸਾਡੇ ਨਾਲ ਸਾਂਝਾ ਕਰੋ ਤਾਂ। ਇਹਦੇ ਨਾਲ ਨਾਲ ਜ਼ਰੂਰ ਮੈਂ ਚਾਹਾਂਗਾ ਕਿ ਕੁਝ ਇੱਕੋ ਜਿਹੜੀ ਤੁਹਾਡੀ ਇਸ ਸ਼ੈਲੀ ਦੇ ਵਿੱਚ ਤੁਸੀਂ ਲੰਬੀ ਹੇਕ ਵਾਲੇ ਗੀਤ ਵੀ ਬੋਲਦੇ ਹੋ, ਬੋਲੀਆਂ ਦੇ ਵਿੱਚ ਬਹੁਤ ਵਰਾਇਟੀ ਹੈ ਤੁਹਾਡੇ ਕੋਲ, ਬਹੁਤ ਉਹ ਵੀ ਸਾਡੇ ਨਾਲ ਥੋੜਾ ਜਿਹਾ ਉਹ ਜ਼ਰੂਰ ਜ਼ਰਾ ਦੱਸੋ ਜੀ। ਹਾਂਜੀ ਰੁਪਾਲ ਜੀ, ਤੁਹਾਡਾ ਸਵਾਲ ਦਾ ਵੈਸੇ ਮੈਂ ਜਵਾਬ ਪਹਿਲਾਂ ਤੋਂ ਹੀ ਦੇਣਾ ਸ਼ੁਰੂ ਕੀਤਾ ਹੋਇਆ ਕਿ ਜਦੋਂ ਲੱਗਿਆ ਕਿ ਬੀਬੀਆਂ, ਜਦੋਂ ਮੈਂ ਮੁੰਡਾ ਬਣ ਕੇ ਬੀਬੀਆਂ ਚ ਜਾਣਾ ਹੈ ਗਿਆ, ਤਾਂ ਉਹਨਾਂ ਨੇ ਥੋੜਾ ਜਿਹਾ ਅਲਕਤ ਕੀਤੀ ਵੀ ਭਾਈ ਰਹਿਣ ਦੇ ਤੂੰ ਜਾ, ਤੇ ਫਿਰ ਸੋਚਿਆ ਵੀ ਜੇ ਇਹਨਾਂ ਦੇ ਵਿੱਚੋਂ ਡੂੰਘੇ ਤੋਂ ਡੂੰਘਾ, ਸੋਹਣੇ ਤੋਂ ਸੋਹਣਾ ਤੇ ਕੁਸੋਹਣੇ ਤੋਂ ਕੁਸੋਹਣਾ ਕੱਢਣਾ ਹੈ ਤਾਂ ਇਹਨਾਂ ਵਰਗਾ ਹੀ ਬਣ ਜਾ। ਤੇ ਜਦੋਂ ਫਿਰ ਅਸੀਂ ਰੂਪ ਵਟਾ ਕੇ ਅਖਾੜੇ ਦੇ ਵਿੱਚ ਵੜੇ ਤਾਂ ਮੈਨੂੰ ਬਹੁਤ ਏਦਾਂ ਦੇ ਐਕਸਪੀਰੀਅੰਸ ਹੋਏ ਕਿ ਉਹ ਗਿੱਧਾ ਜਦੋਂ 50% ਜਾਂ 60% ਤੋਂ ਬਾਅਦ ਜਾ ਕੇ ਆਪਣੇ ਰਸਤੇ ਤੋਂ ਹਟ ਜਾਂਦਾ ਹੈ, ਜਿਹਨੂੰ ਕਿ ਨਾ ਤਾਂ ਸਟੇਜ ਤੇ ਲਿਆਂਦਾ ਜਾਂਦਾ। ਪਰ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ, ਜਦੋਂ ਉਹ ਓਦਾਂ ਦੀਆਂ ਬੋਲੀਆਂ ਕਈ ਵਾਰੀ ਅਸੀਂ ਕਿਸੇ ਫੰਕਸ਼ਨ ਤੇ ਜਾ ਕੇ ਪਾ ਦਿੰਦੇ ਹਾਂ, ਕਿਉਂਕਿ ਲੋਕ ਨਾ ਆਪਣੇ ਅਸਲੇ ਨਾਲੋਂ, ਚਾਹੇ ਉਹ ਆਪਾਂ ਉਹਨੂੰ ਸੋਹਣਾ ਤੇ ਕੁਸੋਹਣਾ ਕਹਿ ਦਈਏ, ਬੇਸ਼ੱਕ ਉਹ ਸਾਡੀਆਂ ਟਰਮਾਂ ਨੇ ਨਾ ਅਸੀਂ ਬਾਅਦ ਚ ਬਣਾ ਲਈਆਂ, ਪਰ ਜਦੋਂ ਅਸੀਂ ਕਈ ਵਾਰੀ ਹੁਣ ਇੱਕ ਬੋਲੀ ਹੈ ਇਹ ਬੋਲੀ ਨੂੰ ਬੜਾ ਇੰਜੋਏ ਕਰਦੀਆਂ ਨੇ ਬੀਬੀਆਂ, ਫਲਾਣੀ ਚੱਲੀ ਖੇਤ ਨੂੰ, ਜਾਂਦੀ ਹੋਈ ਛੜਿਆਂ ਨੂੰ ਹੱਥ ਕਰ ਗਈ ਨੀ, ਐਡੇ ਐਡੇ ਨਰਮੇ ਦੇ ਵਿੱਚ ਵੜ ਗਈ। ਆਮ ਤੌਰ ਤੇ ਕੁਛ ਬੀਬੀਆਂ ਸੰਗ ਦੇ ਮਾਰੇ ਮੂੰਹ ਚ ਚੁੰਨੀ ਦੇ ਲੈਂਦੀਆਂ, ਚੱਲ ਨੀ ਛੱਡ ਪਰ ਕੀ ਕਰਦੀਆਂ ਨੇ, ਤੇ ਜਿਹੜੀਆਂ ਥੋੜੀਆਂ ਜਿਹੀਆਂ ਜਿਹਨੂੰ ਕਹਿੰਦੇ ਨੇ ਮੁਰੈਲਣ ਬੀਬੀਆਂ ਹੁੰਦੀਆਂ ਨੇ, ਜਾਂ ਵਿਆਹ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਨੇ ਵੀ ਗਧਾ ਸਵਾਹ ਚ, ਤੀਵੀਂ ਵਿਆਹ ਚ, ਕੀੜੀ ਰਾਹ ਚ ਤੇ ਬੱਕਰੀ ਕਪਾਹ ਚ, ਚਾਵਲੀਆਂ ਹੁੰਦੀਆਂ ਜਾਂ ਭੂਤਰੀਆਂ ਹੁੰਦੀਆਂ, ਕਿਉਂਕਿ ਸਿਆਣੇ ਦੀਆਂ ਕਹਾਵਤਾਂ ਨੇ। ਤੇ ਬੀਬੀਆਂ ਵਿਆਹ ਦੇ ਵਿੱਚ ਇੱਕ ਵਿਆਹ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਵਿਆਹ ਇੱਕ ਐਡਾ ਜਸ਼ਨ, ਐਡਾ ਖੁੱਲਾ ਖੁਲਾਸਾ ਮੌਕਾ ਹੁੰਦਾ ਸੀ ਕਿ ਔਰਤਾਂ ਨੂੰ ਆਪਣੇ ਮਨ ਦੀ ਜਿਹੜੀ ਗੁੱਬ ਗੁਬਾਟ ਹੁੰਦਾ ਸੀ, ਉਹ ਬੋਲੀਆਂ ਦੇ ਸਿੱਠਣੀਆਂ ਦੋ ਝੇੜਿਆਂ, ਬਿਰਹੜਿਆਂ, ਛੰਦਾਂ ਦੋੜਿਆਂ, ਸੋਲੜਿਆਂ, ਵਧਾਵਿਆਂ ਦੇ ਰਾਹੀਂ
अपने रिश्तिया नूं किवें ध्यांदियां ने, उह ध्यांण दा मौका सी, चाहे उह कन्न इधरों फड़दियां सी, चाहे उह किसे नूं सिद्धी लगाम पाउंदियां सी, ठीक है जी। ते उह जिस तरह रुपाल जी उह विधावां पैरल चल रही ने, उन्हां विधावां तों हटा के मैं जदों इस नृतक वाली, जिवें तुसीं नृत्यांजना ते नृतक की गल की है, बहुत सोहणी गल की है, संस्कृत तों हिंदी च, हिंदी तों फिर नृतक शब्द आया है ना, क्योंकि पंजाबी दा ठेठ शब्द पहला तो नचार चलिया आउंदा सी, मैं इस करके डॉक्टर साहब नाल डिस्कस की कि इहनूं ते लई उह विधावां हुण भी चल रही ने, ते उहदे विच इह समझ लो कि मैं इह विधायक जोड़ती कि एक शालीनता वाला गिद्धा, क्योंकि कई बार असं फंक्शन से जाने जिहड़ा गिद्धा असं बहुत डूंघे ढंग नाल मैं जाके देखिया होंदा पिट की बीच के आह फलाने की भजन नचती है, मूंह से चुनी लै ली, बोली उन्हें यह जी पाई, अद्धियां कदा बुढ़िया लिट जांदियां ने उत्थे, खुली खुली बोली उन्हें पाई, तो अद्धियां को उस चीज के चटखारे लैंदियां ने, जिवें सुरकड़े लैंदियां ने, फिर सीटियां वजदियां ने, ते भपके वजदे ने, फिर फुलकड़े वजदे ने, है ना, ते उह असीं स्टेज के उत्ते नहीं पाउंदे। पर कई बार सानू ना बीबियां पिंडां दे विच खास करके जो दुआबे च जाने ना, वह बहुत दुआबे के लोग, जे मैं तुहानू सही गल दसा कि वह बहुत शौक रखते हैं इस चीज का, सानू मोस्टली जे तुहानू सही गल दसा कि 90% फंक्शन साडे दुआबा बेल्ट च होंदे ने, नकोदर वाला एरिया, शाहकोट वाला एरिया, और फिर बीबियां साडे नाल जदों खुल के नचदियां फिर जी करदा होंदा भी असीं नचना छड्ड दईए, बोलियां पैण, ये बोलियां पाउण, असीं देखिए उन्हां दीआं अदावां जिहड़ियां नित दिन मेरे गिद्धे दे विच अदावां ऐड हुंदियां रहिंदियां ने, ये नित दिन मेरा जिहड़ा टीचिंग लर्निंग प्रोसैस है ये चली जांदा। बहुत सारे लोग कहिंदे ने जोरावर सातों सिख के चले गए, फलाना हो गया, धमकाना हो गया, मैं तो सीखी जाना है जिन्ना चिर जिंदगी रही है ना, पर मैं सीखदा बीबिया तो, बीबिया ने, एक बीबी ने अंगूठे पैर दे अंगूठे नाल वो पब चक के नच गई है, मैं बड़ा सिखाउण दी कोशिश करदा हुंदा कुड़ियां नूं, कुड़ियां च नज़ाकत नहीं आउंदी, ते जिस तरह यह है कि वह गिद्धे नूं असीं जिहड़ा सोबर है, सोफिस्टिकेटड है, सरोर गिद्धा है, मिठा है, पप्पां भार है, पूरा पैर ला के है, हत्थां दीआं अदा लक दे लटके झटके, अखां मटकाउणियां, वह वाला, पर जिहड़ा एक एक लैवल से जाके उन्होंने हासे तमासे ठे जिन्हों आप तमासे कहने माझे च सवान कह दें, जो उ आ जाने उके फिर इदा भी खिलर जाता है, कुछ बीबिया जिहड़ियां मेरे वर्गियां पतौड़ खाण वाली कड़ाह खाण वाली होंदियां वह जाके मंजियां ते बुल टेर लग जांदी ने, चल की कर दियां ने, ते वह अपने पीक पॉइंट से पहुंचता है, ते बहुत बारी जदों असीं फंक्शन ते जांदे आ ते उदां दे गिद्धे दी डिमांड हो जांदी है, उत्थे वीडियोस बणदियां हुंदियां ने, फिर असीं इह कहि के उहनां नूं जवाब दिंदे आ वी लोक रंग नूर आर्ट वालियां दा वीरे दुनिया च नाम बणिया होया है, जे साडे अजे चज वीडियो चढ़ गईआं ते बहुत लोक सानूं गालां वी कढणगे भी स्पैशल इहदी कोई डाकूमेंटरी बण जाए वह एक वक्री गल है, पर जे डायरैक्टली जदों, क्योंकि जदों असीं किसी फंक्शन ते जांदे आ तां अजकल जे 100 बंदा इकट्ठा होया होया तां 200 मोबाइल हुंदा, हरेक को दो दो तीन तीन मोबाइल ने, कोई स्नैपचैट पाउंदा, कोई टिकटॉक ते पाउंदा, कोई लाइव पाउंदा, कोई कुछ करदा, ते उत्थे जाके जदों ओह वालियां बोलियां जिहड़ियां बिलकुल साडी इद वालियां ने, बीबियां जिहनूं अपनी पूरी फुल सुप्रैशन दी सीटी, जिन्हों आप कहने कूकर की सीटी बजती है, जिड़ी पड़ास क्ढनी होंगी उन्होंने, है ना, तो वाली होंगी है वह बोलियां असी असी स्टेज से असी कई बार पासे हो जाने, ये है कि मैनू मैनू साबता जोड़ा मेरा जिड़ी मैं थोड़ा गल कही है कि नजाकत से नफासत न लैके चले हैं उत्थे बींग ए मैन असी थोड़ा पासा दे लें भी नहीं ये बीबिया थोड़ा टाइम ये कर लैन दो कोई गल नहीं का भी हिस्सा पर फिर सानू खिंचदियां ने बिच कोशिश कर दया ने ते ए बड़ा वधिया लगता है ते उत्थों असीं सिखदे भी हाँ उन्हां दीआं हर एरिए दे विच माझे वालियां किवें नचदियां ने मेरा पुआध है साडा एरिया किवें नचदा है मालवे वालियां किवें दुआबे वालियां किवें नचदियां पाणी मंगवाउण करदियां ने बराबर मैं क्योंकि अमृतसर तुहानूं देखिया सीगा ते उत्थे गुरबीत बाबा होरी भी आए सी देखण ते उन्होंने बाद विच तुहाडे गिद्धे तों बाद स्टेज ते आ के कहा सी कि इह असली गिद्धा ਜਿਹੜਾ ਅਸੀਂ ਜਾਂ ਸਾਡੀਆਂ ਮਾਵਾਂ ਪਾਉਂਦੀਆਂ ਸੀ ਗੁਰਬੀਤ ਬਾਬਾ ਨੇ ਬਹੁਤ ਸੋਹਣਾ ਕਮੈਂਟ ਕੀਤਾ ਸੀ ਪਰ ਮੈਂ ਚਾਹਾਂਗਾ ਕਿ ਤੁਹਾਨੂੰ ਤੁਸੀਂ ਨਾ ਆਪਣੇ ਗਿੱਧੇ ਦੀ ਜ਼ਰਾ ਕੁਝ ਇੱਕ ਵਦਗੀ ਸਾਨੂੰ ਥੋੜਾ ਜਿਹਾ ਗਾ ਕੇ ਬੋਲੀ ਪਾ ਕੇ ਜ਼ਰਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਠੀਕ ਹੈ ਜੀ ਮੇਰਾ ਖਿਆਲ ਹੈ ਪੂਰੇ ਜਗ੍ਹਾ ਦੀ ਥੋੜੀ ਜਿਹੀ ਮੈਨੂੰ ਲੱਗੂਗੀ ਦੇਖੋ ਬੈਠ ਕੇ ਭਾਵੇਂ ਥੋੜਾ ਥੋੜਾ ਕਰ ਦਿਓ ਹਾਂਜੀ
ਦੇਖੋ ਜੀ ਜਿਹੜਾ ਟ੍ਰੈਡੀਸ਼ਨਲ ਗਿੱਧੇ ਦੇ ਵਿੱਚ ਜਿੱਥੇ ਜਿੱਥੇ ਮੈਂ ਦੇਖਿਆ ਉਹਦੇ ਵਿੱਚ ਇਹ ਹੈ ਕਿ ਜਿਹੜੀ ਮੁਰੈਲਣ ਬੀਬੀ ਹੈ ਜਿਹਨੇ ਗਿੱਧੇ ਦਾ ਖੇੜ ਖਾੜਾ ਬੰਨਿਆ ਪਿੜ ਬੰਨਿਆ ਉਹ ਗਿੱਧੇ ਦੇ ਵਿੱਚ ਖੜ ਕੇ ਲੰਬੀ ਬਾਂਹ ਕੱਢ ਕੇ ਬੋਲੀ ਪਾਉਂਦੀ ਹੈ ਉਹ ਨੱਚਦੀ ਘੱਟ ਹੈ ਜਿੱਥੇ ਤੱਕ ਮੈਂ ਦੇਖਿਆ ਨਾਚ ਵਾਸਤੇ ਉਹ ਕਿਸੇ ਹੋਰ ਬੀਬੀਆਂ ਨੂੰ ਦੋ ਨੂੰ ਤਿੰਨ ਨੂੰ ਚਾਰ ਨੂੰ ਜਿਹੜੀਆਂ ਸ਼ੌਕੀਨ ਨੇ ਉਹਨਾਂ ਨੂੰ ਕੱਢਦੀ ਹੈ ਉਹਨੇ ਵਿੱਚ ਗਿੱਧੇ ਦੇ ਖੜਕੇ ਬੋਲੀ ਪਾਉਣੀ ਹੈ ਆਲਾ 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 ਨੀ ਆਲਾ 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 ਤੇਰੀ ਟੋਟੀ ਤੇ ਤਿਲ ਕਾਲਾ ਬਣ ਕੇ ਗਲੇਲਾ ਤੋਤਾ ਆਇਆ ਨੀ ਤੋਤੇ ਵਹਿਮੀ ਨੇ ਤੇਰੀ ਗੁੱਤ ਤੇ ਨੀ ਤੇਰੀ ਗੁੱਤ ਤੇ ਆਲਣਾ ਪਾਇਆ ਨੀ ਟਹਿ ਜਾਣੇ ਰਾਜਾ ਨੇ ਨੀ ਟਹਿ ਜਾਣੇ ਰਾਜਾ ਨੇ ਗੁੱਤ ਟਾ ਕੇ ਚੁਬਾਰਾ ਪਾਇਆ ਚੁਬਾਰੇ ਵਿੱਚ ਮੈਂ ਕੱਤਦੀ ਕਿਸੇ ਜ਼ੁਲਮੀ ਨੇ ਰੋਡ ਚਲਾਇਆ ਨੀ ਰੋਡ ਮੇਰੇ ਇੱਥੇ ਬੱਚਿਆ ਬਾਪੂ ਬੱਚਿਆ ਚੁਬਾਰੇ ਵਿੱਚ ਆਇਆ ਬਾਪੂ ਮੇਰਾ ਆ ਕੇ ਪੁੱਛਦਾ ਧੀਏ ਦੱਸ ਨੀ ਚੁਬਾਰੇ ਵਿੱਚ ਕੌਣ ਆਇਆ ਵੇ ਇੱਕ ਬਾਪੂ ਮੈਂ ਕੱਤਦੀ ਇੱਕ ਗੁੱਜ ਚਰਖੇ ਦੀ ਭੁੱਲੇ ਜਾਨ ਵੇ ਜਾਨ ਚੱਕੋ ਜਾਨ ਬਚਾ ਮਿੱਤਰਾ ਹੋ ਚਰਖੇ ਦੇ ਓਲੇ ਚੱਕੋ ਜਾਨ ਬਚਾ ਮਿੱਤਰਾ ਹੋ ਚਰਖੇ ਦੇ ਓਲੇ ਜਾਨ ਬਚਾ ਮਿੱਤਰਾ ਹੋ ਚਰਖੇ ਦੇ ਓਲੇ ਜਾਨ ਬਚਾ ਮਿੱਤਰਾ ਹੋ ਚਰਖੇ ਦੇ ਉਹ ਚਰਖੇ ਦੇ ਓਲੇ ਜਾਨ ਬਚਾ ਮਿੱਤਰਾ ਉਹ ਚਰਖੇ ਦੇ ਉਹਨਾਂ ਨੇ ਬਹੁਤ ਦੇਰ ਤੱਕ ਬੋਲੀ ਚੱਕਣੀ ਹੈ ਲੰਬੀ 10-12-15 ਵਾਰੀ ਤੇ ਉਹ ਜਿਹੜੀਆਂ ਨਾਚ ਵਾਲੀਆਂ ਨੇ ਨਰਤਕੀਆਂ ਜਿਹੜੀਆਂ ਉਹਨਾਂ ਦੀਆਂ ਨਾਚ ਮੁਦਰਾਵਾਂ ਕੋਈ ਪੱਪ ਤੇ ਨੱਚਦੀ ਹੈ ਕੋਈ ਗੂਠਾ ਅੱਡੀ ਨੂੰ ਲਾ ਕੇ ਨੱਚਦੀ ਹੈ ਕੋਈ ਮੇਲਦੀ ਹੈ ਕੋਈ ਚੁੰਨੀ ਮੂੰਹ ਤੇ ਸਿੱਟਦੀ ਹੈ ਤੇ ਉਹ ਨਾਚ ਦੀਆਂ ਅਦਾਵਾਂ ਬੋਲੀ ਦੇ ਹਿਸਾਬ ਨਾਲ ਜੇ ਲੜਾਈ ਵਾਲੀ ਬੋਲੀ ਹੈ ਸੋਹਰੇ ਮੇਰੇ ਨੇ ਮੰਜਾ ਲਿਆਂਦਾ ਦਰਾਣੀਆਂ ਜਠਾਣੀਆਂ ਨੇ ਕੁਣਿਆ ਨੀ ਦਰਾਣੀ ਦਰਾਣੀ ਨੇ ਮੈਨੂੰ ਗਾਲਾਂ ਕੱਢੀਆਂ ਢੋਲਿਆ ਤੈਂ ਕਿਉਂ ਨੀ ਸੁਣਿਆ ਵੇ ਜੇਠ ਤਾਂ ਆਵੇ ਮੁੱਛਾਂ ਚੜਾਉਂਦਾ ਵੇ ਜੇਠ ਤਾਂ ਆਵੇ ਮੁੱਛਾਂ ਚੜਾਉਂਦਾ ਗਾਲਾਂ ਕੱਢਦਾ ਅੱਖਾਂ ਦਿਖਾਉਂਦਾ ਗਾਲਾਂ ਕੱਢਦਾ ਅੱਖਾਂ ਦਿਖਾਉਂਦਾ ਮੈਂ ਗਾਲਾਂ ਨੀ ਸਹਿਣੀਆਂ ਮੈਨੂੰ ਲੈ ਜਾ ਪੇਕੇ ਮੈਨੂੰ ਲੈ ਜਾ ਪੇਕੇ ਮੈਂ ਗਾਲਾਂ ਨੀ ਸਹਿਣੀਆਂ ਮੈਨੂੰ ਲੈ ਜਾ ਪੇਕੇ ਵੇ ਮੈਂ ਗਾਲਾਂ ਨੀ ਸਹਿਣੀਆਂ ਮੈਨੂੰ ਲੈ ਜਾ ਪੇਕੇ ਵੇ ਮੈਂ ਗਾਲਾਂ ਨੀ ਸਹਿਣੀਆਂ ਮੈਨੂੰ ਲੈ ਜਾ ਪੇਕੇ ਵੇ ਮੈਂ ਗਾਲ ਇਸ ਤਰ੍ਹਾਂ ਹੱਥਾਂ ਦੇ ਬੋਡੀ ਦੇ ਅਦਾਇਗੀ ਜਿਹੜੀ ਹੈਗੀ ਆ ਉਹ ਬੋਲੀਆਂ ਦੇ ਵਿੱਚ ਉਹ ਨੱਚਣ ਵਾਲੀਆਂ ਜਿਹੜੀ ਗਾਉਣ ਵਾਲੀ ਆ ਉਹ ਕਈ ਵਾਰੀ ਖੜ ਕੇ ਹੀ ਉਹਨੇ ਖੜ ਕੇ ਹੀ ਤਾਲ ਦੇਣੀ ਹੈ ਤੇ ਕਈ ਵਾਰੀ ਮੇਰੇ ਪਿੰਡ ਦੇ ਵਿੱਚ ਮੈਂ ਖਾਸੀਅਤ ਦੇਖੀ ਹੈ ਕਿ ਮੇਰਾ ਪਿੰਡ ਇੱਕ ਨਾਲ ਮੇਰੇ ਪਿੰਡ ਮਾਨੂਪੁਰ ਹੈ ਉੱਥੇ ਮੈਂ ਦੇਖ ਨੀ ਸਕਿਆ ਤੁਸੀਂ ਜਰਾਵਰ ਤੁਸੀਂ ਜਰਾ ਆਪਣੇ ਏਰੀਏ ਬਾਰੇ ਦੱਸੋ ਤੁਹਾਡਾ ਕਿਹੜਾ ਏਰੀਆ ਵਾ ਤੁਹਾਡਾ ਕਿਹੜਾ ਪਿੰਡ ਹੈ ਇਹ ਅਜੇ ਤੁਸੀਂ ਦੱਸਿਆ ਨੀ ਮੇਰਾ ਡਾਕਟਰ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੌਜੂਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੇਰੀ ਤਹਿਸੀਲ ਖਮਾਣੋ ਤੇ ਪਿੰਡ ਮੇਰਾ ਹੈਗਾ ਚੜੀ ਚੜੀ ਭੜੀ ਦੋ ਪਿੰਡ ਮਸ਼ਹੂਰ ਨੇ ਤੇ ਅਸੀਂ ਸਿਆਣਿਆਂ ਤੋਂ ਸੁਣਦੇ ਹੁੰਦੇ ਸੀ ਕਿ ਸਾਡੇ ਪਿੰਡ ਦੇ ਚੜੀ ਭੜੀ ਦੇ ਕਿਸੇ ਜ਼ਮਾਨੇ ਚ ਬੇਰ ਬਹੁਤ ਮਸ਼ਹੂਰ ਹੁੰਦੇ ਸੀ ਕਹਿੰਦੇ ਕਲਕੱਤੇ ਤੱਕ ਵੱਜਦੇ ਹੁੰਦੇ ਸੀ ਚੜੀ ਭੜੀ ਦੇ ਬੇਰ ਲੈ ਲਓ ਔਰ ਉਹਨਾਂ ਬੇਰਾਂ ਦੇ ਕੁਛ ਬੇਰੀਆਂ ਦੇ ਅਵਸ਼ੇਸ਼ ਮੇਰੇ ਬਚਪਨ ਤੱਕ ਮੇਰੇ ਪਿੰਡ ਚ ਰਹੇ ਨੇ ਤੇ ਉਹ ਏਦਾਂ ਧਰਤੀ ਨਾਲ ਬੇਰੀਆਂ ਲੱਗਦੀਆਂ ਸੀ ਅਸੀਂ ਚੜ ਚੜ ਕੇ ਉਹਦੇ ਤੇ ਬੇਰ ਤੋੜਦੇ ਰਹੇ ਹਾਂ ਤੇ ਉਸ ਤੋਂ ਬਾਅਦ ਉੱਥੇ ਹੁਣ ਸ਼ਹੀਦਾਂ ਦੀ ਜਗ੍ਹਾ ਹੈ ਤੇ ਉਹ ਬੇਰੀਆਂ ਮੇਰਾ ਖਿਆਲ ਪੱਟ ਦਿੱਤੀਆਂ ਗਈਆਂ ਨੇ ਤੇ ਮੈਂ ਪਿਛਲੇ 10-15 ਸਾਲਾਂ ਤੋਂ ਉੱਥੇ ਨਹੀਂ ਗਿਆ ਚੜੀ ਭੜੀ ਦੇ ਬੇਰ ਤੇ ਮੇਰੇ ਪਿੰਡ ਨਾਲ ਇੱਕ ਹੋਰ ਵੀ ਕਹਾਵਤ ਮਸ਼ਹੂਰ ਹੈ ਚੜੀ ਭੜੀ ਨਗਾਰਾ ਵੱਜੇ ਭੁੱਟੇ ਵੱਜੇ ਟੱਲੀ ਇਹ ਮੇਰੇ ਨਾਲ ਦੇ ਪਿੰਡਾਂ ਦੀ ਗੱਲ ਹੈ ਸੇ ਵਿਚਾਰੀ ਕੀ ਕਰੇ ਸਲੌਦੀ ਉੱਜੜ ਚੱਲੀ ਮੇਰੇ ਚੜੀ ਤੇ ਭੜੀ ਦੋ ਵੱਡੇ ਪਿੰਡ ਹੁੰਦੇ ਸੀ ਭੜੀ ਪਿੰਡ ਭੰਗੂਆਂ ਦਾ ਬੱਡਲਾ ਕੋਟਲਾ ਸੁਖਾ ਸਿੰਘ ਮਹਿਤਾਬ ਸਿੰਘ ਉਹਨਾਂ ਨਾਲ ਇਹਨਾਂ ਦੀ ਵੰਸ਼ ਰਲਦੀ ਆ ਜਾ ਕੇ ਭੰਗੂਆਂ ਦੀ ਤੇ ਮੇਰਾ ਪਿੰਡ ਚੜੀ ਤੇ ਚੜੀ ਭੜੀ ਨਗਾਰਾ ਵੱਜੇ ਭੁੱਟੇ ਵੱਜੇ ਟੱਲੀ ਸੇਵ ਚੜੀ ਕਈ ਵਾਰੀ ਇਹ ਵੀ ਕਹਿੰਦੇ ਹੁੰਦੇ ਸੀ ਚੜੀ ਚੜੇਲਾਂ ਦੀ ਭੁੱਤਾ ਭੁੱਟਾ ਭੂਤਾਂ ਦਾ ਰਿਆ ਊਟਾਂ ਦਾ ਮੇਰੇ ਪਿੰਡ ਦੇ ਲੋਕਾਂ ਨੂੰ ਚੜਾਲੂ ਮੰਨਿਆ ਜਾਂਦਾ ਥੋੜੇ ਜੇ ਤੇ ਨਾਲ ਮੇਰੇ ਪਿੰਡ ਮਾਨੂਪੁਰ ਹੈ ਤੇ ਮੈਂ ਜਿਹੜੀ ਮੇਰੇ ਪਿੰਡ ਚ ਬਚਪਨ ਦੇ ਵਿੱਚ ਮੇਰੀ ਗੱਲ ਵਸੀ ਇੱਕ ਹੋਰ ਕਿ ਮੇਰੇ ਪਿੰਡ ਦੀ ਇੱਕ ਅਮਰੋ ਨੈਣ ਹੁੰਦੀ ਸੀ ਬਹੁਤ ਮੋਟੀ ਹੁੰਦੀ ਸੀ ਉਹ ਗਿੱਧੇ ਦੀ ਭੈਲਣ ਹੁੰਦੀ ਸੀ ਉਹਨੇ ਪੀੜੀ ਤੇ ਬੈਠ ਕੇ ਗਿੱਧਾ ਪਾਉਣਾ ਡੰਡਾ ਹੱਥ ਚ ਫੜ ਲੈਣਾ ਤੇ ਫਿਰ ਉਹਨੇ ਬੋਲੀਆਂ ਪਾਉਣੀਆਂ
ਬੀਬੀਆਂ ਨੂੰ ਔਰਤਾਂ ਨੂੰ ਘੂਰ ਘੂਰ ਕੇ ਡੰਡੇ ਦੀ ਤਾਲ ਦੇ ਉੱਤੇ ਉਹਨੇ ਨਚਾਉਣਾ ਬੋਲ ਕੇ। ਤੇ ਉਸ ਤੋਂ ਬਾਅਦ ਇੱਕ ਮੈਨੂੰ ਮੇਰੇ ਨਾਲ ਪਿੰਡ ਮਾਨੂਪੁਰ ਹੈ, ਉੱਥੇ ਅਨਲੱਕੀਲੀ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ, ਮੈਂ ਖੁੰਝਾ ਤਾ। ਉੱਥੇ ਦੀ ਇੱਕ ਬੀਬੀ ਹੁੰਦੀ ਸੀ ਮਰਾਸਣ, ਜਿਹੜੀ ਢੋਲਕੀ ਨਾਲ ਵਿੱਚ ਬੈਠ ਕੇ ਗਿੱਧਾ ਪਾਉਂਦੀ ਹੁੰਦੀ ਸੀ, ਔਰ ਉਹ ਕਹਿੰਦੇ ਉਹਨੂੰ ਬਹੁਤ ਬੋਲੀਆਂ ਆਉਂਦੀਆਂ ਸੀ। ਮੇਰੀ ਬਦਕਿਸਮਤੀ ਹੈ ਕਿ ਮੈਂ ਉਹਦੇ ਨਾਲ ਵਾਅਦਾ ਕਰ ਲੈਣਾ, ਮੁੜ ਕੇ ਜਾ ਨਹੀਂ ਹੋਇਆ, ਤੇ ਉਹਨੂੰ ਮੈਂ ਕੈਸ਼ ਨਹੀਂ ਕਰਵਾ ਸਕਿਆ, ਉਹ ਚਲੀ ਗਈ ਬੀਬੀ। ਜ਼ਰਾ ਇੱਕ ਮੇਰਾ ਸਵਾਲ ਹੈ ਕਿ ਤੁਸੀਂ ਤਾਂ ਇਸ ਫੀਲਡ ਦੇ ਵਿੱਚ ਆ ਗਏ, ਤੁਸੀਂ ਤੁਹਾਡੇ ਅੰਦਰ ਇਹ ਸੀਗੀ, ਤੁਹਾਡੇ ਨਾਲ ਜਿਹੜੇ ਬਾਕੀ ਇੰਨੇ ਸਾਰੇ ਬੁੱਢੇ ਹੁੰਦੇ ਆ ਉਹ ਵੀ ਇਸੇ ਰੂਪ ਵਿੱਚ, ਉਹ ਕਿਵੇਂ ਤੁਹਾਨੂੰ ਮਿਲਦੇ ਆ, ਕਿੱਥੋਂ ਤੁਸੀਂ ਉਹ ਲੱਭਦੇ ਹੋ, ਉਹ ਕਿਵੇਂ ਤੁਹਾਡੇ ਕੋਲ ਆਉਂਦੇ ਆ ਟ੍ਰੇਨਿੰਗ ਲੈਣ ਲਈ? ਦੇਖੋ ਡਾਕਟਰ ਸਾਹਿਬ, ਏਦਾਂ ਹੁੰਦਾ ਕਿ ਇੱਕ ਪੰਜਾਬੀ ਚ ਆਪਾਂ ਸਿੱਧੀ ਜੀ ਕਹਾਵਤ ਕਹਿੰਦੇ ਕਿ ਲੰਡੇ ਨੂੰ ਖੁੰਡਾ ਸੌਕ ਉੱਥੇ ਟੱਕਰਦਾ, ਹੈ ਨਾ। ਤੇ ਦੇਖੋ ਜਿਸ ਫੀਲਡ ਚ ਤੁਸੀਂ ਪੈ ਜਾਂਦੇ ਹੋ ਤੇ ਉਹਦੇ ਵਿੱਚ ਉਦਾਂ ਦੇ ਲੋਕ ਆਉਂਦੇ ਰਹਿੰਦੇ ਨੇ, ਪਰ ਜਦੋਂ ਸਟਾਰਟ ਤੋਂ ਮੈਂ ਗੱਲ ਕਰਾਂ, ਸਟਾਰਟ ਤੋਂ ਮੈਂ ਸੀ, ਮੇਰੇ ਅੰਦਰ ਏਦਾਂ ਦੀ ਗੱਲ, ਇੱਕ ਮੇਰਾ ਫਰੈਂਡ, ਅਸੀਂ ਦੋਹੇ ਇਕੱਠੇ ਨੀ ਸੀ ਪੜ੍ਹਦੇ ਪਰ ਇੱਕੋ ਕਾਲਜ ਪੜ੍ਹਦੇ ਸੀ, ਆਪਸ ਚ ਮੈਂ ਕਹਿੰਦੇ ਲੰਡੇ ਨੂੰ ਖੁੰਡਾ ਟੱਕਰ ਗਿਆ। ਅਸੀਂ ਦੋਵਾਂ ਨੇ ਸਲਾਹ ਬਣਾਈ ਉਹਦੇ ਭਾਈ ਦੇ ਵਿਆਹ ਤੇ ਕਿ ਆਪਾਂ ਨਾ ਏਦਾਂ ਜੇ ਕੰਮ ਕਰਨਾ। ਮੈਂ ਨੀ ਸੀ ਉਦੋਂ ਕੱਪੜੇ ਪਾਏ, ਮੈਂ ਥੋੜਾ ਜਿਹਾ ਉਹੀ ਜਿਵੇਂ ਕਹਿੰਦੇ ਵੀ ਮੈਂ ਤਾਂ ਯਾਰ ਸਟੱਡੀ ਕਰਦਾ, ਮੈਂ ਇੰਟੈਲੀਜੈਂਟ ਸਟੂਡੈਂਟ ਹੈ, ਮੈਂ ਨੀ ਕਰਨਾ ਵੀ ਇਹਦੇ ਵਿੱਚ ਐਡ ਹੋ ਜੂੰਗਾ ਮੈਂ। ਉਹਨੇ ਕਿਸੇ ਤੋਂ ਮੰਗ ਕੇ ਘੱਗਰਾ ਜਿਹਾ ਪਾ ਲਿਆ, ਸ਼ਰਟ ਪਾ ਲਈ, ਤੇ ਅਸੀਂ ਦੋਵਾਂ ਨੇ ਉਹਦੇ ਭਰਾ ਦੇ ਵਿਆਹ ਦੇ ਉੱਤੇ ਜਾਗੋ ਦੇ ਵਿੱਚ ਬੜਾ ਖਰੂਦ ਪਾਇਆ, ਭੜਥੂ ਪਾਇਆ। ਤੇ ਉਸ ਤੋਂ ਬਾਅਦ ਕੀ ਹੋਇਆ, ਸਾਨੂੰ ਲੋਕਾਂ ਨੇ ਮਤਲਬ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਬੁਲਾਉਣਾ ਸ਼ੁਰੂ ਕਰਤਾ। ਫਿਰ ਇੱਕ ਹੋਰ ਮੁੰਡਾ ਐਡ ਹੋ ਗਿਆ, ਕਾਫੀ ਦੇਰ ਤੱਕ ਅਸੀਂ ਤਿੰਨੇ ਮੇਰੇ ਪਿੰਡ ਮੇਰੇ ਫਰੈਂਡ ਦੇ ਵਿਆਹ ਦੇ ਵਿੱਚ ਫਿਰ ਪਹਿਲੀ ਵਾਰੀ ਮੈਂ ਡਰੈਸ ਪਾਈ ਆਂਢ ਗੁਆਂਢ ਚ, ਨਵੀਆਂ ਵਹੁਟੀਆਂ ਤੋਂ ਘੱਗਰੇ ਘੁਗਰੇ ਸ਼ਰਟਾਂ ਮੰਗ ਲੈਣੀਆਂ, ਦੁਪੱਟੇ, ਏਦਾਂ ਪੂਰੀ ਤਿਆਰੀ ਕਰਕੇ। ਤੇ ਉਸ ਤੋਂ ਬਾਅਦ ਹੌਲੀ ਹੌਲੀ ਇੱਕ ਦੋ ਆਰਟਿਸਟ ਮੇਰੇ ਖਮਾਣੋ ਤਹਿਸੀਲ ਹੈ ਮੇਰੀ ਨਾਲ, ਉੱਥੇ ਰਾਮਲੀਲਾ ਲੱਗਦੀ ਹੁੰਦੀ ਸੀ, ਅਸੀਂ ਰਾਮਲੀਲਾ ਦੇਖਣ ਜਾਂਦੇ ਹੁੰਦੇ ਸੀ। ਉੱਥੇ ਇੱਕ ਪਟਿਆਲੇ ਸਾਈਡ ਤੋਂ ਅਜਨੌਦੇ ਤੋਂ ਮੁੰਡਾ ਨਚਾਰ ਆਉਂਦਾ ਹੁੰਦਾ ਸੀ, ਉਹ ਗਾਉਂਦਾ ਬਹੁਤ ਸੋਹਣਾ ਸੀ, ਨੱਚਦਾ ਬਹੁਤ ਸੋਹਣਾ ਸੀ, ਉਹਦਾ ਨਾਮ ਸੀ ਪ੍ਰੀਤੀ। ਤੇ ਅਸੀਂ ਉਹਨੂੰ ਜੋੜਿਆ ਨਾਲ, ਪਰ ਉਹ ਸਾਡੇ ਵਿੱਚ ਜਿਹੜੀ ਸਾਡੀ ਸ਼ਾਲੀਨਤਾ ਹੈ, ਨਜ਼ਾਕਤ ਤੇ ਨਫਾਸਤ ਹੈ, ਉਹਨੂੰ ਨੀ ਉਹ ਨਿਭਾ ਸਕਿਆ। ਉਹਦਾ ਉਹੀ ਨਚਾਰਾਂ ਵਾਲਾ ਥੋੜਾ ਜਿਹਾ ਮੈਂਟਲ ਸੈਟਅਪ ਸੀਗਾ ਕਿ ਖਾਣਾ ਪੀਣਾ, ਦਾਰੂ ਪੀਣੀ ਹੈ, ਨਸ਼ਾ ਕਰਨਾ ਜਾਂ ਸੋ ਐਂਡ ਸੋ ਫੋਰਥ। ਅਸੀਂ ਇਹਨਾਂ ਚੀਜ਼ਾਂ ਨੂੰ ਪੋਲਿਸ਼ ਕਰਕੇ ਤੁਰੇ ਚੰਗੀ ਤਰ੍ਹਾਂ, ਵੀ ਇਹਨਾਂ ਤੋਂ ਪਾਸੇ ਸਿੱਟ ਕੇ ਜਾਣਾ। ਤੇ ਉਹਦੇ ਰਾਹੀਂ ਇੱਕ ਮੇਰੇ ਕੋਲ ਜਿਹੜਾ, ਸ਼ਾਇਦ ਤੁਸੀਂ ਜੇ ਮੇਰੀ ਵੀਡੀਓ ਦੇਖੀ ਹੈ, ਮੇਰੇ ਗਰੁੱਪ ਚ ਇੱਕ ਪ੍ਰੀਤਮ ਰੁਪਾਲ ਜੀ ਹੱਸਦੇ ਹੁੰਦੇ ਨੇ, ਉਹ ਬੀਬੀ ਨੂੰ ਲਿਆਇਓ ਜ਼ਰੂਰ, ਜਿਹੜੀ ਮੋਟੀ ਬੀਬੀ ਹੈ, ਬੁੱਢੀ ਬਣਾਈ ਹੁੰਦੀ ਆ। ਬਿਲਕੁਲ ਬਿਲਕੁਲ। ਉਹਨੇ ਉਹ ਮੁੰਡਾ ਮਟੋੜਾ ਪਿੰਡ ਆ ਉਹਦਾ ਪਾਸੋਂ ਕੋਲ, ਉਹ ਮੇਰੇ ਨਾਲ ਜੋੜਿਆ। ਤੇ ਜੇ ਤੁਸੀਂ ਸੱਚ ਪੁੱਛੋ ਕਿ ਉਹ ਮੇਰੇ ਗਰੁੱਪ ਦਾ ਥੰਮ ਹੈ, ਥੰਮ ਵੀ ਹੈ ਵੈਸੇ ਵੀ, ਉਹ ਥੰਮ ਹੈ ਮੋਟਾ, ਜਿੰਨੇ ਵੀ ਆਰਟਿਸਟ ਜੁੜੇ ਨੇ, ਕਿਉਂਕਿ ਉਹ ਪਹਿਲਾਂ ਬਾਜੇ ਦਾ ਨਚਾਰ ਸੀ, ਬਾਜੇ ਚ ਤੇ ਡਰਾਮੇ ਚ ਉਹ ਕੰਮ ਕਰਦਾ ਰਿਹਾ, ਉਹਦੀ ਬਹੁਤ ਸਾਰੇ ਲੋਕਾਂ ਨਾਲ ਜਾਣ ਪਛਾਣ ਸੀ, ਜਿਹੜੇ ਬਾਜੇ ਨੂੰ ਛੱਡ ਕੇ ਘਰ ਬੈਠ ਗਏ ਸੀ। ਜਦੋਂ ਉਹਨੇ ਉਹਨਾਂ ਨੂੰ ਦੱਸਿਆ ਕਿ ਇਹ ਆਹ ਕੰਮ ਵਧੀਆ ਹੈ, ਪਿਆਰ ਵੀ ਮਿਲਦਾ ਹੈ, ਸਤਿਕਾਰ ਵੀ ਮਿਲਦਾ ਹੈ, ਪੈਸਾ ਵੀ ਮਿਲਦਾ ਹੈ। ਤੇ ਹੌਲੀ ਹੌਲੀ ਆਰਟਿਸਟ ਜੁੜਦੇ ਗਏ, ਟੁੱਟਦੇ ਗਏ, ਫਿਰ ਦੁਆਬੇ ਚੋਂ ਆ ਗਏ, ਜੁੜਦੇ ਗਏ, ਟੁੱਟਦੇ ਗਏ। ਮਤਲਬ ਹੁਣ ਜਿਹੜੀ ਇਸ ਵਕਤ ਸਥਿਤੀ ਹੈ ਕਿ ਮੈਨੂੰ ਬਹੁਤ ਸਾਰੇ ਲੋਕਾਂ ਦੀਆਂ ਕਾਲਾਂ ਆਉਂਦੀਆਂ ਯੂਟਿਊਬ ਤੇ ਦੇਖ ਕੇ ਕਿ ਅਸੀਂ ਤੁਹਾਨੂੰ ਜੁਆਇਨ ਕਰਨਾ ਚਾਹੁੰਦੇ ਹਾਂ। ਤੇ ਹੁਣ ਸਮੱਸਿਆਵਾਂ ਇਹ ਹੋ ਗਈਆਂ ਕਿ ਕਈ ਵਾਰੀ ਪਿਛਲੇ ਸਾਲ ਮੇਰੇ ਨਾਲ ਤਜਰਬਾ ਹੋਇਆ ਕਿ ਵਿੱਚ ਕੁਛ ਗਲਤ ਆਂਸਰ ਵੀ ਐਡ ਆਨ ਹੋਣਾ ਸ਼ੁਰੂ ਹੋ ਗਏ ਸੀ, ਜਿਨ੍ਹਾਂ ਨੂੰ ਫਿਰ ਮੈਨੂੰ ਬੜੇ ਸਟ੍ਰਿਕਟਲੀ ਪਾਸੇ ਵੀ ਕਰਨਾ ਪਿਆ ਤੇ ਛੱਡਣਾ ਵੀ ਪਿਆ। ਹੁਣ ਬਹੁਤ ਸਾਰੀਆਂ ਸ਼ਰਤਾਂ ਵੀ ਰੱਖ ਲਈਆਂ ਅਸੀਂ ਕੰਪਲਸਰੀ ਦੀ। ਠੀਕ ਹੈ ਜੀ, ਬਹੁਤ ਵਧੀਆ। ਜੋਰਾਵਰ ਸਿੰਘ ਜੀ, ਇੱਕ ਤੁਹਾਡਾ ਸਵਾਲ ਕਰਨ ਲੱਗਿਆ ਜੀ ਮੈਂ। ਬਹੁਤ ਵਧੀਆ, ਪਹਿਲਾਂ ਤਾਂ ਜਿਉਂਦੇ ਰਹੋ ਜੀ, ਜਿਉਂਦੇ ਵਸਦੇ ਰਹੋ, ਮੇਰੀ ਵੀ ਉਮਰ ਤੁਹਾਨੂੰ ਲੱਗ ਜੇ, ਤੁਸੀਂ ਲੋਕ ਨਾਚ ਨੂੰ ਬਹੁਤ ਵਧੀਆ ਅੱਗੇ ਲੈ ਕੇ ਜਾ ਰਹੇ ਹੋ। ਜੋਰਾਵਰ ਜੀ, ਤੁਸੀਂ ਗਿੱਧਾ ਸਿਖਾਉਂਦੇ ਹੋ ਯੂਥ ਫੈਸਟੀਵਲਾਂ ਤੇ, ਆਪਾਂ ਕਈ ਵਾਰੀ ਇਕੱਠੇ ਵਿਚਰੇ ਵੀ। ਹਾਂਜੀ ਹਰਿੰਦਰ ਜੀ। ਉਸ ਤੋਂ ਬਾਅਦ ਤੁਸੀਂ ਇਸ ਲਾਈਨ ਚਲੇ ਗਏ, ਇਸ ਲਾਈਨ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਕੀ ਇਹ ਇੱਕ ਤੁਹਾਡੇ ਨਾਲ ਸਿਰਫ ਸਵਾਲ ਮੇਰਾ ਇਹ ਹੈ ਕਿ ਜਿਹੜੇ ਲੋਕ ਨਾਚਾਂ ਦੇ ਨਾਲ ਰਿਲੇਟਡ ਨੇ ਜਾਂ ਜਿਨ੍ਹਾਂ ਲੋਕਾਂ ਨੇ ਲੋਕ ਨਾਚਾਂ ਤੇ ਖੋਜਾਂ ਕੀਤੀਆਂ, ਉਹਨਾਂ ਦਾ ਤੁਹਾਡੇ ਪ੍ਰਤੀ ਕੀ ਵਿਚਾਰ ਹੈ, ਉਹ ਤੁਹਾਡੀ ਇਸ ਕਲਾ ਨੂੰ ਕਿਸ ਤਰ੍ਹਾਂ ਲੈਂਦੇ ਨੇ? ਦੇਖੋ ਹਰਿੰਦਰ ਜੀ, ਤੁਹਾਡਾ ਸਵਾਲ ਵੀ ਬਹੁਤ ਸੋਹਣਾ ਹੈ ਤੇ ਆਪਾਂ ਬਹੁਤ ਵਾਰੀ ਡਿਸਕਸ ਵੀ ਕਰਦੇ ਹੁੰਦੇ ਹਾਂ, ਹੈ ਨਾ।
ਤੇ ਤੁਸੀਂ ਦੇਖੋ ਜੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੇ ਅੜਿੱਕੇ ਹੁੰਦੇ ਨੇ ਸਾਨੂੰ ਕਈ ਵਾਰੀ ਸਾਡੇ ਘਰ ਦੇ ਨਹੀਂ ਲਾਉਂਦੇ ਸਾਡੀ ਸੁਸਾਇਟੀ ਨਹੀਂ ਲਾਉਂਦੀ ਸਾਡੀ ਸੁਸਾਇਟੀ ਨਹੀਂ ਲਾਉਂਦੀ ਪਰ ਸਾਡੇ ਆਪਣੇ ਬਹੁਤ ਸਾਰੇ ਵੀਰ ਭੈਣਾਂ ਕਈ ਵਾਰੀ ਸਾਡੇ ਫੀਲਡ ਵਾਲੇ ਜਿਹੜੇ ਕਿਉਂਕਿ ਮੈਨੂੰ ਇਹ ਲੱਗਦਾ ਕਿ ਕਿਸੇ ਨੂੰ ਰੈਕਗਨਾਈਜ਼ ਕਰਨਾ ਸਾਨੂੰ ਖਾਸ ਕਰਕੇ ਸਾਡਾ ਮੈਂਟਲ ਸੈਟਅਪ ਜਿਹੜਾ ਇੱਦਾਂ ਦਾ ਬਣ ਚੁੱਕਿਆ ਕਿ ਕਿਸੇ ਨੂੰ ਰੈਕਗਨਾਈਜ਼ ਕਰਨਾ ਤੇ ਕਰਵਾਉਣਾ ਸਾਡੇ ਸਾਡੀ ਮਾਨਸਿਕਤਾ ਦੇ ਵਿੱਚ ਹਰਿੰਦਰ ਜੀ ਹੈ ਨਹੀਂ ਹੁਣ ਤੁਸੀਂ ਪਰਸਨਲੀ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਆਪਾਂ ਕਿੰਨੀ ਵਾਰੀ ਬਹੁਤ ਡਿਸਕਸ ਕਰਦੇ ਹਾਂ ਹਨਾ ਪਰ ਹੁਣ ਹੁਣ ਮੇਰਾ ਰਵੀਰਾ ਕੀ ਹੋ ਗਿਆ ਕਿ ਮੈਂ ਪਿੰਡ ਦੇ ਵਿੱਚ ਰਹਿਣਾ ਮੈਂ ਸਾਰਾ ਆਲਾ ਦੁਆਲਾ ਜਿਹੜਾ ਹੈਗਾ ਕੀ ਮੈਨੂੰ ਕੋਈ ਕਹਿੰਦਾ ਕੀ ਮੈਨੂੰ ਕੋਈ ਨਹੀਂ ਕਹਿੰਦਾ ਕੀ ਮੈਨੂੰ ਕੋਈ ਸ਼ਾਬਾਸ਼ ਦਿੰਦਾ ਕੀ ਮੇਰੀ ਕੋਈ ਨਿੰਦਿਆ ਕਰਦਾ ਇਸ ਨੂੰ ਮੈਂ ਹੁਣ ਸ਼ਾਂਤੀ ਪਾਸੇ ਕਰਤਾ ਠੀਕ ਹੈ ਜੀ ਕਿਉਂਕਿ ਡਾਕਟਰ ਸਾਹਿਬ ਨੇ ਮੈਨੂੰ ਜਦੋਂ ਪਰਸੋਂ ਇਨਵਾਈਟ ਕੀਤਾ ਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹੀ ਹੋਈ ਕਿ ਇਹ ਜਿਹੜਾ ਪੰਜਾਬ ਸੰਗੀਤ ਨਾਟ ਅਕੈਡਮੀ ਵੱਲੋਂ ਮੇਰੇ ਤੇ ਇੱਕ ਇੱਕ ਘੰਟੇ ਦਾ ਜੋ ਚੈਪਟਰ ਹੈ ਮੈਨੂੰ ਬੁਲਾ ਕੇ ਇਹਨਾਂ ਨੇ ਕੀਤਾ ਇਹ ਮੇਰੇ ਵਾਸਤੇ ਬਹੁਤ ਵੱਡੀ ਰਿਕਗਨੀਸ਼ਨ ਹੈ ਸੋਰੀ ਮੈਂ ਵਿੱਚੋਂ ਗੱਲ ਰੁਕਦਾ ਜੀ ਸੰਗੀਤ ਨਾਟਕ ਅਕੈਡਮੀ ਸੰਗੀਤ ਨਾਟਕ ਅਕੈਡਮੀ ਇੱਕ ਇਹੋ ਜਿਹਾ ਅਦਾਰਾ ਹੈ ਜੀ ਜਿਹੜਾ ਇਹੋ ਜਿਹੀਆਂ ਕਲਾਵਾਂ ਨੂੰ ਬਹੁਤ ਉੱਤੇ ਲੈ ਕੇ ਜਾਣਾ ਚਾਹੁੰਦਾ ਹੈ ਪਰ ਮੈਨੂੰ ਜੋ ਮੈਂ ਤੁਹਾਨੂੰ ਸਵਾਲ ਇਸ ਕਰਕੇ ਪੁੱਛ ਰਿਹਾ ਕਿਉਂਕਿ ਜੋ ਮੈਨੂੰ ਲੱਗਦਾ ਹੈ ਕਿ ਕਈ ਇਹੋ ਜਿਹੀਆਂ ਕਲਾਵਾਂ ਨੇ ਜਿਹੜੀਆਂ ਕਿ ਕਿਸੇ ਨੇ ਐਫਰਟ ਕਰਕੇ ਸ਼ੁਰੂ ਤਾਂ ਕੀਤੀਆਂ ਪਰ ਉਹਨਾਂ ਕਲਾਵਾਂ ਨੂੰ ਉਹਨਾਂ ਲੋਕਾਂ ਨੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲੋਕਾਂ ਨੇ ਉਹਨਾਂ ਨੂੰ ਡਿਨਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਇਸ ਪਿੰਡ ਦੇ ਵਿੱਚ ਬਹੁਤ ਉੱਚੇ ਬੈਠੇ ਨੇ ਹਾਂਜੀ ਹਰਿੰਦਰ ਜੀ ਤੁਸੀਂ ਬਿਲਕੁਲ ਸਹੀ ਜ਼ੋਰਾਵਰ ਇਹਦੇ ਵਿੱਚ ਹਰਿੰਦਰ ਜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਇਹ ਸਿਰਫ ਕਿਸੇ ਇੱਕ ਫੀਲਡ ਵਿੱਚ ਹੀ ਨਹੀਂ ਮੈਨੂੰ ਲੱਗਦਾ ਇਹ ਸਾਡੀਆਂ ਸਾਰੀਆਂ ਕਲਾਵਾਂ ਦੇ ਫੀਲਡ ਵਿੱਚ ਇਹੋ ਜਿਹੇ ਲੋਕ ਹੁੰਦੇ ਹੈ ਪਰ ਮੈਨੂੰ ਲੱਗਦਾ ਕਿ ਜਿਹਨਾਂ ਨੇ ਕੰਮ ਕਰਨਾ ਹੈ ਜਿਹਨਾਂ ਦੇ ਸੀਨਿਆਂ ਦੇ ਅੰਦਰ ਸੇਕ ਹੈ ਨਾ ਜਿਹਨਾਂ ਦੇ ਅੰਦਰ ਕੁਝ ਬਲਦਾ ਹੈ ਜਿਹਨਾਂ ਦੇ ਅੰਦਰ ਕੁਝ ਧੁਖਦਾ ਹੈ ਉਹਨਾਂ ਨੇ ਕੰਮ ਕਰੀ ਜਾਣਾ ਉਹਨਾਂ ਦਾ ਕੰਮ ਕੋਈ ਨੀ ਰੋਕ ਸਕਦਾ ਜਿਵੇਂ ਤੁਸੀਂ ਹਰਿੰਦਰ ਜੀ ਜਿਹੜਾ ਕੰਮ ਤੁਸੀਂ ਕਰਦੇ ਪਏ ਹੋ ਹਰਿੰਦਰ ਹੋਰਾਂ ਬਾਰੇ ਵੀ ਮੈਂ ਦੱਸ ਦਿਆਂ ਬਾਕੀ ਦੋਸਤਾਂ ਨੂੰ ਇਹ ਬਹੁਤ ਇਹਨਾਂ ਦਾ ਯੂਨੀਕ ਇੱਕ ਕੰਮ ਹੈ ਕਿ ਜਿਹੜੇ ਹੈਂਡੀਕੈਪ ਲੋਕ ਹੈ ਉਹਨਾਂ ਵੱਲੋਂ ਇੱਕ ਭੰਗੜੇ ਦੀ ਟੀਮ ਹੈ ਯਾਨੀ ਇਹ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਕਿ ਹੈਂਡੀਕੈਪ ਲੋਕਾਂ ਦਾ ਭੰਗੜਾ ਜਿਹੜਾ ਬੜੇ ਸਾਲਾਂ ਤੋਂ ਲਗਾਤਾਰ ਇਹ ਸਿਖਾਉਂਦੇ ਆ ਪਾਉਂਦੇ ਆ ਸੋ ਇਹਨਾਂ ਦੇ ਕੰਮ ਜਿਹੜੇ ਆ ਮੇਰਾ ਖਿਆਲ ਹੈ ਕੁੱਝ ਲੋਕਾਂ ਦੇ ਹਿੱਸੇ ਆਉਂਦੇ ਆ ਔਰ ਉਹਨਾਂ ਨੂੰ ਇਹ ਕੰਮ ਕਰਦੇ ਰਹਿਣਾ ਚਾਹੀਦਾ ਵਾ ਔਰ ਮੇਰਾ ਖਿਆਲ ਜੋ ਜ਼ੋਰਾਵਰ ਕੰਮ ਕਰ ਰਿਹਾ ਹਰਿੰਦਰ ਜੀ ਤੁਸੀਂ ਕਰ ਰਹੇ ਹੋ ਅਸੀਂ ਕਰ ਰਹੇ ਹਾਂ ਹੋਰ ਬੜੇ ਸਾਰੇ ਦੋਸਤ ਹੈ ਜਿਹੜੇ ਇਸ ਵੇਲੇ ਸਾਡੇ ਨਾਲ ਵੀ ਜੁੜੇ ਹੋਏ ਨੇ ਇਹ ਸਾਰੇ ਕੰਮ ਕਰਦੇ ਪਏ ਆ ਸੋ ਇਹ ਕੰਮ ਸਾਨੂੰ ਕਰਦੇ ਰਹਿਣਾ ਚਾਹੀਦਾ ਮੈਂ ਚਾਹੁੰਦਾ ਜ਼ੋਰਾਵਰ ਦੇ ਨਾਲ ਏਦਾਂ ਦੀ ਕੋਈ ਹੋਰ ਗੱਲ ਸਵਾਲ ਕੋਈ ਬਾਕੀ ਦੋਸਤ ਜਿਹੜੇ ਜੁੜੇ ਕੋਈ ਕਰਨਾ ਚਾਹੁੰਦਾ ਹੈ ਕੋਈ ਸਵਾਲ ਕਿਸੇ ਦੋਸਤ ਦਾ ਦਵਿੰਦਰ ਜੀ ਜ਼ੋਰਾਵਰ ਨੇ ਬੜੀ ਲੰਬੀ ਗੱਲ ਕੀਤੀ ਹੈ ਸ਼ੁਰੂ ਚ ਇਹਦੇ ਬਾਰੇ ਤੁਸੀਂ ਕਿਉਂਕਿ ਲੇਟ ਜੁਆਇਨ ਕੀਤਾ ਹੈ ਲੰਬੀ ਔਰ ਬੜੀ ਸੋਹਣੀ ਗੱਲ ਕੀਤੀ ਹੈ ਮੈਂ ਚਾਹੁੰਦਾ ਕਿ ਇਹ ਸਵਾਲ ਦੇ ਉੱਤੇ ਆਪਾਂ ਜ਼ਿਆਦਾ ਟਾਈਮ ਨੂੰ ਹੁਣ ਦੁਬਾਰਾ ਨਾ ਕਰੀਏ ਕੋਈ ਹੋਰ ਕਿਉਂਕਿ ਇਹ ਤੁਸੀਂ ਸੁਣ ਲੈਣਾ ਬਹੁਤ ਵਧੀਆ ਗੱਲ ਉਹਨੇ ਵੀ ਉਹਨਾਂ ਦੇ ਮਨ ਚ ਕਿੱਥੋਂ ਆਇਆ ਕਿਵੇਂ ਹੋਇਆ ਤੇ ਇੱਕ ਚੀਜ਼ ਹੋਰ ਮੇਰੇ ਖਿਆਲ ਪ੍ਰੀਤਮ ਜੇ ਤੁਸੀਂ ਨਾਲ ਜੁੜੇ ਹੋਏ ਹੋ ਪ੍ਰੀਤਮ ਤੁਸੀਂ ਹੈਗੇ ਹੋ ਇਹਦੇ ਵਿੱਚ ਹੈਗੇ ਮਿਊਟ ਨੇ ਜੀ ਅਨਮਿਊਟ ਮਿਊਟ ਹੈ ਵੈਸੇ ਹੋ ਤੁਸੀਂ ਪਰ ਪ੍ਰੀਤਮ ਹੋਰਾਂ ਨੇ ਇੱਕ ਗੱਲ ਕੀਤੀ ਸੀ ਕਿ ਜਸਵੰਤ ਸਿੰਘ ਕੰਵਲ ਹੋਰਾਂ ਨੇ ਨਾਵਲ ਦੇ ਵਿੱਚ ਇਹਨੂੰ ਨਰਤਕੀ ਸ਼ਬਦ ਦਿੱਤਾ ਪਰ ਮੇਰਾ ਖਿਆਲ ਹੈ ਕਿ ਨਰਤਕੀ ਅਲੱਗ ਚੀਜ਼ ਹੈ ਜਿਹੜੀ ਨਚਾਰ ਸ਼ੈਲੀ ਹੈ ਇਹਦੀ ਓਰਿਜਨੈਲਿਟੀ ਇਹਦੀ ਖੂਬਸੂਰਤੀ ਜਿਹੜੀ ਹੈ ਉਹ ਨਚਾਰ ਸ਼ਬਦ ਦੇ ਨਾਲ ਹੀ ਹੈ ਔਰ ਮੇਰਾ ਖਿਆਲ ਨਚਾਰ ਸ਼ਬਦ ਜਿਹੜਾ ਵਾ ਉਹ ਆਪਣੇ ਆਪ ਦੇ ਵਿੱਚ ਇੱਜ਼ਤ ਵਾਲਾ ਸ਼ਬਦ ਹੀ ਹੈ ਔਰ ਜੋ ਉਸ ਨੂੰ ਜ਼ੋਰਾਵਰ ਹੋਰਾਂ ਨੇ ਸਾਂਭ ਕੇ ਉਸ ਸ਼ੈਲੀ ਨੂੰ ਉਸ ਸ਼ਬਦ ਨੂੰ ਵੀ ਇੱਜ਼ਤ ਹੀ ਦਿੱਤੀ ਹੈ ਉਸ ਸ਼ਬਦ ਨੂੰ ਕਿਸੇ ਹੋਰ ਰੂਪ ਵਿੱਚ ਨਹੀਂ ਪੇਸ਼ ਕੀਤਾ ਜਾਣਾ ਚਾਹੀਦਾ ਇਹ ਸ਼ਬਦ ਵੀ ਬਹੁਤ ਇੱਜ਼ਤ ਵਾਲਾ ਸ਼ਬਦ ਹੈ ਸੋ ਇਹ ਸ਼ਬਦ ਇਹਦਾ ਬਣਿਆ ਰਹਿਣਾ ਚਾਹੀਦਾ ਕੋਈ ਹੋਰ ਦੋਸਤ ਕੁਝ ਕਹਿਣ ਲੱਗੇ ਸੀ ਬਿਲਕੁਲ ਦਵਿੰਦਰ ਕੁਮਾਰ ਜੀ ਤਾਲੀਵਾਲ ਜੀ ਜਿਵੇਂ ਕਿ ਆਪਣੇ ਆਪਾਂ ਸਮਝਦੇ ਹਾਂ ਕਿ ਨਾਟਕ ਦੇ ਵਿੱਚ ਸੰਗੀਤ ਤੇ ਨਾਟਕ ਦੇ ਹਿੱਸੇ ਹੀ ਹੈ ਹਾਂਜੀ ਸਾਡੀ ਵਿਡੰਬਨਾ ਇਹ ਹੈ ਕਿ ਪੰਜਾਬੀ ਨਾਟਕ ਤਾਂ ਜਨਮੇ ਪੱਛਮ ਤੋਂ ਸਾਡੇ ਕੋਲ ਸਾਡਾ ਜਿਹੜਾ ਵਿਸ਼ਿਸ਼ਟ
ਨ੍ਰਿਤ ਜਿਹੜਾ ਕਥਕਲੀ ਭਾਰਤ ਨਾਟਿਅਮ ਵਗੈਰਾ ਸਾਡੇ ਕੋਲ ਹੈ ਨਹੀਂ ਤੇ ਸਾਡੇ ਕੋਲ ਜਿਹੜਾ ਲੋਕ ਨਾਚ ਹੈ ਜਿਸ ਰੂਪ ਚ ਜ਼ੋਰਾਵਰ ਨੇ ਵੀ ਜ਼ਿਕਰ ਕੀਤਾ ਬਾਰ ਬਾਰ ਦੁਆਬੇ ਜਿੱਥੇ ਮੈਂ ਬੈਠਾ ਅਸੀਂ ਦੇਖਦੇ ਹਾਂ ਹਜੇ ਤੱਕ ਵੀ ਇੱਥੇ ਬੜਾ ਕੁਛ ਹੋ ਰਿਹਾ ਤੇ ਕੀ ਇਸ ਨਾਚ ਨੂੰ ਆਪਾਂ ਵਿਸ਼ਿਸ਼ਟ ਨਾਟਕ ਦੇ ਵਿੱਚ ਕਿਸੇ ਤਰੀਕੇ ਤੁਸੀਂ ਲੋਕ ਜਿਹੜੇ ਇਸ ਲੈਵਲ ਦੇ ਨਾਟਕ ਕਰ ਰਹੇ ਹੋ ਜੋੜ ਕੇ ਇਹਨੂੰ ਮੁੱਖ ਧਾਰਾ ਦੇ ਵਿੱਚ ਵਿਧੀਵਤ ਤੌਰ ਤੇ ਜੋੜ ਸਕਦੇ ਹੋ ਸ਼ਾਮਿਲ ਕੀਤਾ ਜਾ ਸਕਦਾ ਬਿਲਕੁਲ ਬਿਲਕੁਲ ਮੇਰਾ ਖਿਆਲ ਮੈਂ ਤਾਂ ਆਪਣੇ ਬਹੁਤ ਸਾਰੇ ਨਾਟਕਾਂ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਲੋਕ ਕਲਾਵਾਂ ਨੇ ਜਿਹੜੀਆਂ ਮੈਂ ਬੜੀ ਵਾਰੀ ਢਾਡੀਆਂ ਨੂੰ ਵੀ ਇਹਦੇ ਵਿੱਚ ਲੈ ਕੇ ਆਉਂਦਾ ਜਿਹੜੀ ਇਹ ਵਾਲੀ ਵਿਧਾ ਕਿ ਜਿਹੜੀ ਨਚਾਰ ਵਾਲੀ ਸ਼ੈਲੀ ਹੈ ਜਾਂ ਨਕਾਲ ਵਾਲੀ ਸ਼ੈਲੀ ਹੈ ਜਾਂ ਜਿਹੜੀ ਭੰਡ ਬਰਾਸੀ ਵਾਲੀ ਸ਼ੈਲੀ ਹੈ ਮੇਰੇ ਬਹੁਤ ਸਾਰੇ ਨਾਟਕਾਂ ਦੇ ਵਿੱਚ ਇਹ ਜਿਹੜੇ ਆ ਇਹ ਅੰਸ਼ ਤੁਹਾਨੂੰ ਉਹ ਪਰਫੋਰਮੈਂਸ ਵਿੱਚ ਉਸ ਰੂਪ ਦੇ ਵਿੱਚ ਵੇਖਣ ਨੂੰ ਮਿਲਣਗੇ ਸੋ ਮੈਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦਾ ਰਹਿਣਾ ਜ਼ੋਰਾਵਰ ਸਿੰਘ ਹੋਣੀ ਜਿਸ ਪੱਧਰ ਦੇ ਇਹਨਾਂ ਦਾ ਆਪਣਾ ਮੈਂਟਲ ਲੈਵਲ ਹੈ ਜਿਸ ਪੱਧਰ ਦੀ ਗੱਲ ਕਰ ਰਹੇ ਹੈ ਜਿਸ ਸ਼ਲੀਨਤਾ ਨਾਲ ਗੱਲ ਕਰ ਰਹੇ ਹੈ ਕੀ ਇਹਦੇ ਨਾਲ ਕੋਈ ਨਵਾਂ ਨ੍ਰਿਤ ਦਾ ਰੂਪ ਕੋਈ ਐਸਾ ਮਤਲਬ ਰਿਸਰਚ ਕੀਤਾ ਜਾ ਸਕਦਾ ਜਾਂ ਐਕਸਪੀਰੀਅੰਸ ਕੀਤਾ ਜਾ ਸਕਦਾ ਜਿਸ ਨੂੰ ਸਾਡੇ ਪੰਜਾਬੀ ਨਾਟਕ ਦਾ ਹਿੱਸਾ ਬਣਾ ਸਕਦਾ ਤੁਸੀਂ ਕੋਈ ਇਦਾਂ ਦਾ ਤਜਰਬਾ ਕਰਨਾ ਚਾਹੋ ਬਿਲਕੁਲ ਮੇਰਾ ਵਸ ਚੱਲੇ ਤੇ ਮੈਂ ਜ਼ੋਰਾਵਰ ਹੋਰਾਂ ਦੀ ਟੀਮ ਦੇ ਨਾਲ ਪੂਰਾ ਇੱਕ ਨਾਟਕ ਤਿਆਰ ਕਰਾਵਾਂ ਇਸੇ ਰੂਪ ਦੇ ਵਿੱਚ ਔਰ ਇਸੇ ਸ਼ੈਲੀ ਦੇ ਵਿੱਚ ਜਿਵੇਂ ਅੱਜ ਜ਼ੋਰਾਵਰ ਹੋਰੀ ਗੱਲ ਕਰ ਰਹੇ ਆ ਤੇ ਮੇਰੇ ਮਨ ਚ ਵੈਸੇ ਤੁਸੀਂ ਵੀ ਥੀਏਟਰ ਵਾਲੇ ਹੋ ਮੈਂ ਵੀ ਤੇ ਥੀਏਟਰ ਵਾਲਿਆਂ ਦੀ ਰੰਗ ਸਾਂਝੀ ਹੁੰਦੀ ਹੈ ਇਹ ਜਿਹੜੀ ਗੱਲ ਤੁਸੀਂ ਕੀਤੀ ਮੇਰੇ ਮਨ ਚ ਇਹ ਗੱਲ ਆ ਰਹੀ ਸੀ ਵੀ ਓਕੇ ਮੈਂ ਇਹਨਾਂ ਦੇ ਨਾਲ ਕਿਉਂ ਨਾ ਇੱਕ ਤਜਰਬਾ ਕਰਾਂ ਵੀ ਇੱਕ ਇਹੋ ਜਿਹਾ ਐਕਸਪੀਰੀਅੰਸ ਵੀ ਪੂਰਾ ਨਾਟਕ ਹੀ ਇਸ ਸ਼ੈਲੀ ਦੇ ਵਿੱਚ ਹੋਵੇ ਔਰ ਕਿਉਂਕਿ ਇਹ ਇੰਟੈਲੀਜੈਂਟ ਵੀ ਨੇ ਪੜ੍ਹੇ ਲਿਖੇ ਨੇ ਬੁੱਢੇ ਸਾਰੇ ਜਿਹੜੇ ਆ ਇਹਨਾਂ ਨੂੰ ਉਸ ਇਸ ਸ਼ੈਲੀ ਨੂੰ ਜਿਹੜਾ ਹੈ ਕਿ ਪੰਜਾਬੀ ਨਾਟਕ ਦਾ ਪੂਰਾ ਤਰ੍ਹਾਂ ਹਿੱਸਾ ਬਣਾ ਕੇ ਤੇ ਫਿਰ ਪੇਸ਼ਕਾਰੀ ਕਰੀਏ ਤੇ ਫਿਰ ਉਸ ਨੂੰ ਦੇਖੀਏ ਵੀ ਉਹਦਾ ਕੀ ਸਾਡੇ ਕੋਲ ਰਿਜ਼ਲਟ ਜਾਂ ਲੋਕੀ ਕਿੱਦਾਂ ਸਾਨੂੰ ਰਿਸੀਵ ਕਰਦੇ ਆ ਔਰ ਮੈਂ ਜ਼ਰੂਰ ਕਰਨਾ ਚਾਹਾਂਗਾ ਇਹ ਜ਼ੋਰਾਵਰ ਹੋਰਾਂ ਦੇ ਨਾਲ ਇੱਕ ਵਾਰੀ ਬਿਲਕੁਲ ਕੋਈ ਹੋਰ ਦੋਸਤ ਕੁਝ ਪੁੱਛ ਰਿਹਾ ਸੀ ਕਿਸੇ ਨੇ ਸਰੀਨ ਸਾਹਿਬ ਤੁਸੀਂ ਜੁੜੇ ਹੋ ਸਰ ਜੀ ਮੈਂ ਪੁੱਛਣਾ ਚਾਹੁੰਦਾ ਮੈਂ ਮਨਤੇਜ ਮੈਂ ਪੁੱਛਣਾ ਚਾਹੁੰਦਾ ਜ਼ੋਰਾਵਰ ਸਰ ਜੀ ਭਾਜੀ ਜਿੱਦਾਂ ਤੁਹਾਡੇ ਦੋ ਰੂਪ ਹੈ ਨਾ ਮਤਲਬ ਇੱਕ ਟੀਚਰ ਦਾ ਔਰ ਇੱਕ ਦੂਜਾ ਰੂਪ ਹੈ ਔਰ ਮਤਲਬ ਮੈਂ ਵੀ ਥੀਏਟਰ ਕਰਦਾ ਸੀ ਕੇਵਲ ਸਰ ਨਾਲ ਕੀਤਾ ਔਰ ਮੈਂ ਸ਼ਾਇਦ 15-16 ਸਾਲ ਗੈਪ ਬਾਅਦ ਜਦੋਂ ਇੱਥੇ ਆਸਟ੍ਰੇਲੀਆ ਆਇਆ ਤਾਂ ਮੈਨੂੰ ਲੱਗਾ ਵੀ ਇੱਥੇ ਨਾ ਮੈਂ ਹੋਰ ਕੁਛ ਕਰਾਂ ਤਾਂ ਮੈਂ ਇਕੱਲਾ ਹੋਣ ਕਰਕੇ ਮੈਂ ਕੁਛ ਕਰ ਨਹੀਂ ਪਾਇਆ ਕਿਉਂਕਿ ਸਾਡਾ ਕੋਈ ਗਰੁੱਪ ਨਹੀਂ ਸੀ ਹੈਗਾ ਤਾਂ ਹੁਣ ਮੈਂ ਇੱਥੇ ਕਿਡਜ਼ ਇੰਟਰਟੇਨਮੈਂਟ ਸ਼ੁਰੂ ਕੀਤਾ ਹੈ ਤਾਂ ਕਿ ਜਿਹੜੇ ਸੁਪਰ ਹੀਰੋ ਬਣਦੇ ਆ ਆਹ ਵੇਖੋ ਮਤਲਬ ਇਹ ਦੂਜਾ ਰੂਪ ਮੇਰਾ ਇਹ ਹੈ ਮਤਲਬ ਮੈਂ ਜਦੋਂ ਇਸ ਰੂਪ ਵਿੱਚ ਆਉਂਦਾ ਜਦੋਂ ਮੈਂ ਸੁਪਰ ਹੀਰੋ ਬਣ ਜਾਂਦਾ ਨਾ ਉਦੋਂ ਮੇਰੇ ਅੰਦਰ ਨਾ ਮਨਤੇਜ ਮਰ ਜਾਂਦਾ ਉਦੋਂ ਮੇਰੇ ਅੰਦਰ ਕੋਈ ਇੱਦਾਂ ਦੀ ਪਾਵਰ ਆ ਜਾਂਦੀ ਹੈ ਮੈਂ ਭੁੱਲ ਜਾਂਦਾ ਵੀ ਮੇਰੇ ਸਾਹਮਣੇ ਕੌਣ ਹੈ ਤੇ ਤੁਹਾਨੂੰ ਵੀ ਏਦਾਂ ਦਾ ਹੀ ਫੀਲ ਹੁੰਦਾ ਹੈ ਜਦੋਂ ਤੁਸੀਂ ਇਸ ਰੂਪ ਚ ਆਉਂਦੇ ਹੋ ਤੁਹਾਨੂੰ ਵੀ ਏਦਾਂ ਦੀ ਅੰਦਰੋਂ ਆਵਾਜ਼ ਆਉਂਦੀ ਹੈ ਵੀ ਮੈਂ ਹੁਣ ਅਲੱਗ ਚੀਜ਼ ਬਣ ਚੁੱਕੀ ਹਾਂ ਜ਼ਰਵਰ ਤੁਸੀਂ ਦੱਸੋ ਹਾਂਜੀ ਤੁਹਾਡਾ ਸਵਾਲ ਬਹੁਤ ਸੋਹਣਾ ਮੈਨੂੰ ਲੱਗਦਾ ਵੀਰ ਜੀ ਜਦੋਂ ਤੁਸੀਂ ਮੇਰੀਆਂ ਯੂਟਿਊਬ ਤੇ ਪਰਫਾਰਮੈਂਸਸ ਦੇਖੋ ਮੈਂ ਖੁਦ ਤਾਂ ਕਹਿ ਨਹੀਂ ਸਕਦਾ ਕਿਉਂਕਿ ਮੇਰਾ ਮੇਰੇ ਅੰਦਰ ਸੀ ਗਿੱਧਾ ਜਦੋਂ ਮੈਂ ਅਸੀਂ ਫੰਕਸ਼ਨ ਤੇ ਵੀ ਜਾਂਦੇ ਹਾਂ ਤੇ ਉੱਥੇ ਵੀ ਤੁਸੀਂ ਮੇਰੀ ਕੋਈ ਵੀਡੀਓ ਦੇਖ ਲਓ ਮੇਰਾ ਕੋਈ ਫੋਟੋ ਦੇਖ ਲਓ ਤੁਹਾਨੂੰ ਫਰੰਟ ਪੋਜ ਬਹੁਤ ਘੱਟ ਮਿਲੂਗਾ ਉਹਦੇ ਵਿੱਚ ਇਹ ਹੈ ਕਿ ਮੈਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਪਤਾ ਨੀ ਉਹ ਮਾਣ ਦਿੰਦੇ ਨੇ ਬਹੁਤ ਵੱਡਾ ਕਿ ਤੂੰ ਆਪਣੇ ਵਾਸਤੇ ਨੱਚਦਾ ਤੇਰੇ ਅੰਦਰੋਂ ਹੀ ਨਾਚ ਉੱਠਦਾ ਹੈ ਤੇ ਤੇਰੇ ਅੰਦਰੋਂ ਹੀ ਉਹ ਨਾਚ ਫੈਲਦਾ ਤੇ ਖਾੜੇ ਨੂੰ ਤੂੰ ਮੰਨ ਲੈਣਾ ਤੇ ਮੁੜ ਕੇ ਤੂੰ ਖਾੜਾ ਤੇਰਾ ਤੇ ਤੂੰ ਖਾੜੇ ਦਾ ਹੋ ਕੇ ਰਹਿ ਜਾਂਦਾ ਮੈਨੂੰ ਲੱਗਦਾ ਇਹੀ ਹੁੰਦਾ ਜਿੰਨਾ ਚਿਰ ਤੱਕ ਅਸੀਂ ਆਪਣੀ ਕਲਾ ਨੂੰ ਉਸ ਕਲਾ ਦੇ ਨਾਲ ਆਤਮਸਾਤ ਹੋ ਕੇ ਪਰਫੋਰਮ ਨਹੀਂ ਕਰਦੇ ਤੇ ਮੈਨੂੰ ਲੱਗਦਾ ਫਿਰ ਮੈਂ ਨੂਰ ਕਿਉਂਕਿ ਮੈਨੂੰ ਬਹੁਤ ਸਾਰੇ ਮੇਰੇ ਸਟੂਡੈਂਟਸ ਜਾਂ ਹੋਰ ਜਿਹੜੇ ਕਮੈਂਟੇਟਰ ਨੇ ਗਿੱਧੇ ਦਾ ਨੂਰ ਕੋਈ ਨੂਰ ਜ਼ੋਰਾ ਕੋਈ ਨੂਰ ਜ਼ੋਰਾ ਬਾਰੇ ਇੱਕ ਮੈਨੂੰ ਮੇਰੇ ਨਾਲ ਪਾਕਿਸਤਾਨ ਦੇ ਅਹਿਮਦ ਗੁੱਜਰ ਅਮੈਰੀਕਾ ਰਹਿੰਦੇ ਨੇ ਉਹ ਜੁੜੇ ਹੋਏ ਨੇ ਉਹ ਮੇਰੀਆਂ ਵੀਡੀਓਜ਼ ਦੇਖਦੇ ਨੇ ਸਾਲ ਚ 2 ਵਾਰੀ ਮੇਰੇ ਨਾਲ ਗੱਲ ਕਰਦੇ ਹੁੰਦੇ ਨੇ ਮੈਨੂੰ ਬਹੁਤ ਫਖਰ ਮਹਿਸੂਸ ਹੁੰਦਾ ਜਦੋਂ ਗੱਲ ਕਰਦੇ ਨੇ ਪਹਿਲਾਂ ਉਹ ਜਿਸ ਤਰ੍ਹਾਂ ਉਹ ਸਮਝਦੇ ਸੀ ਕਿ ਮੁੰਡੇ ਨੱਚਦੇ ਨੇ ਉਹਨਾਂ ਨੂੰ ਪਤਾ ਸੀ ਤੇ ਫਿਰ ਉਹਨਾਂ ਨੇ ਮੇਰੀ ਇੰਟਰਵਿਊ ਦੇਖੀ ਮੇਰਾ ਅਸਲੀ ਨਾਂ ਉਹਨਾਂ ਨੇ ਮਤਲਬ ਮੇਰੇ ਅਸਲੀ ਨਾਂ ਨੂੰ ਜੋੜ ਕੇ ਜ਼ੋਰਾਵਰ ਕਿਹਾ ਜ਼ੋਰਾਵਰ ਤਾਕਤਵਰ ਖਾੜੇ ਦੇ ਵਿੱਚ ਅੱਖਾਂ ਨਾਲੇ ਜ਼ੋਰ ਦਿਖਾ ਦੇਣ ਵਾਲਾ ਤੇ ਦੂਰ ਗਿੱਧੇ ਦਾ ਉਹਨਾਂ ਨੇ ਮਤਲਬ ਐ ਇੰਟਰਪ੍ਰੈਟ ਕਰਕੇ ਜਦੋਂ ਮੈਨੂੰ ਦੱਸਿਆ ਮੇਰਾ ਆਪਣਾ ਸਰੀਰ ਕੰਬਣ ਲੱਗ ਗਿਆ ਕਿ ਮੈਨੂੰ
ਸ਼ਾਬਾਸ਼ ਹੈ ਉਹ ਕਿੱਡਾ ਬੜਾ ਰਿਵਾਰਡ ਹੈ ਤੇ ਇਸ ਕਰਕੇ ਜਿਸ ਤਰ੍ਹਾਂ ਤੁਸੀਂ ਇਹ ਵੀ ਇੱਕ ਮੁਖੌਟਾ ਹੈ ਜੀ ਮੇਰਾ ਤੁਸੀਂ ਮੁਖੌਟਾ ਪਹਿਨਦੇ ਹੋ ਤੇ ਮੁਖੌਟੇ ਹੀ ਨੇ ਜਦੋਂ ਮੈਂ ਇਹ ਹੋ ਜਾਂਦਾ ਤੇ ਫਿਰ ਇਹੀ ਹੋ ਜਾਂਦਾ ਤੇ ਜਦੋਂ ਮੈਂ ਸਕੂਲ ਚ ਹਾਂ ਪ੍ਰਾਇਮਰੀ ਸਕੂਲ ਟੀਚਰ ਹਾਂ ਤੇ ਉਦੋਂ ਫਿਰ ਮੈਂ ਤੱਪੜ ਦੇ ਉੱਤੇ ਚੌਂਕੜੀ ਮਾਰ ਕੇ ਬੱਚਿਆਂ ਨਾਲ ਬੈਠ ਜਾਂਦਾ ਕਈ ਵਾਰੀ ਗੋਦੀ ਚ ਬੱਚੇ ਆ ਜਾਂਦੇ ਨੇ ਕਈ ਵਾਰੀ ਬੱਚਿਆਂ ਨਾਲ ਅਸੀਂ ਪੀਚੋ ਵੀ ਖੇਡਣ ਲੱਗ ਜਾਂਦਾ ਮੈਂ ਰੋੜੇ ਵੀ ਖੇਲਣ ਲੱਗ ਜਾਂਦਾ ਬੱਚਿਆਂ ਨਾਲ ਬੱਚਾ ਬਣ ਜਾਣਾ ਉਹਨਾਂ ਨੂੰ ਟੀਚ ਕਰਨਾ ਤੇ ਉਦੋਂ ਮੇਰਾ ਕੋਈ ਹਰਕਤ ਕੋਈ ਅੰਗ ਇਹ ਵਾਲਾ ਨਹੀਂ ਹੁੰਦਾ ਗਿੱਧੇ ਵਾਲਾ ਪਰ ਜਦੋਂ ਆਹ ਡਰੈਸ ਪਾ ਲਈ ਉਦੋਂ ਤਾਂ ਫਿਰ ਮਨ ਮਚਲਦਾ ਬੋਲੀਆਂ ਹੋਣ ਜ਼ੋਰਾਵਰ ਮੇਰੇ ਇੱਕ ਹੋਰ ਜਗ੍ਹਾ ਮੈਂ ਚਾਹਾਂਗਾ ਕਿ ਤੁਸੀਂ ਸਾਂਝੀ ਕਰੋ ਗੱਲ ਕਿ ਜਿਹੜੇ ਤੁਹਾਡੇ ਕੋਲ ਬਾਕੀ ਕਲਾਕਾਰ ਆਉਂਦੇ ਆ ਬੁੱਢੇ ਆਉਂਦੇ ਆ ਉਹ ਤੁਹਾਡੇ ਨਾਲ ਇਸ ਫੀਲਡ ਵਿੱਚ ਸ਼ਾਮਿਲ ਹੁੰਦੇ ਆ ਕਿ ਉਹ ਵੀ ਇਸੇ ਤਰ੍ਹਾਂ ਇੰਨੇ ਸੰਸੀਅਰ ਹੁੰਦੇ ਆ ਇੰਨੀ ਮਿਹਨਤ ਕਰਦੇ ਆ ਜਿੰਨੀ ਤੁਸੀਂ ਕਰਦੇ ਹੋ ਦੇਖੋ ਜੀ ਰਲਿਆ ਮਿਲਿਆ ਹੁੰਗਾਰਾ ਹੁੰਦਾ ਕੁਛ ਤਾਂ ਆਉਂਦੇ ਨੇ ਮਨ ਦੇ ਪਿੱਛੇ ਲੱਗ ਕੇ ਕੁਛ ਆਉਂਦੇ ਨੇ ਮੇਰੇ ਇਹਦੇ ਲਿਬਾਸ ਦੇ ਪਿੱਛੇ ਲੱਗ ਕੇ ਕਿ ਡਰੈਸ ਪਾਵਾਂਗੇ ਕੁੜੀਆਂ ਬਣਾਂਗੇ ਮੈਂ ਉਹਨਾਂ ਨੂੰ ਇਹ ਸਮਝਾਉਣਾ ਹੁੰਦਾ ਵੀ ਕੁੜੀਆਂ ਨੀ ਪਰਫਾਰਮਰ ਆਰਟਿਸਟ ਬਣੋ ਉਹਨਾਂ ਨੂੰ ਕੁੜੀਆਂ ਬਣਾਂਗੇ ਫੋਟੋਆਂ ਖਿੱਚਾਂਗੇ ਫੇਸਬੁੱਕ ਤੇ ਲਾਵਾਂਗੇ ਟਿਕਟੋਕ ਤੇ ਲਾਵਾਂਗੇ ਸੋ ਔਨ ਸੋ ਫੋਰਥ ਆਫਟਰ ਦੈਟ ਪਤਾ ਨੀ ਕੀ ਕੀ ਹੈ ਨਾ ਯੂ ਨੋ ਵੈਲ ਤੇ ਕੁਛ ਆਉਂਦੇ ਨੇ ਕਿ ਚਲੋ ਪੈਸੇ ਅਰਨ ਹੋਣਗੇ ਪਰ ਜੇ ਦਸ ਜਣੇ ਨੇ ਦਸਾਂ ਚੋਂ ਦੋ ਤਿੰਨ ਚਾਰ ਉਹਨਾਂ ਦਾ ਲੈਵਲ ਇਹ ਹੁੰਦਾ ਕਿ ਉਹ ਮੈਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਪੁੱਛਦੇ ਨੇ ਵੀ ਸਰ ਉਹ ਆਮ ਤੌਰ ਤੇ ਹੁਣ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਇੱਕ ਰਵਾਇਤ ਹੈ ਉਹ ਮੈਨੂੰ ਮਾਈ ਕਹਿੰਦੇ ਨੇ ਨੂਰ ਮਾਈ ਆਹ ਦੱਸੋ ਸਾਨੂੰ ਹੈਨਾ ਤੇ ਮਤਲਬ ਇਹ ਪਰਦੇ ਦੀ ਗੱਲ ਹੈ ਹਨਾ ਨੂਰ ਮਾਈ ਆਹ ਕੀ ਕਹਿਤਾ ਤੁਸੀਂ ਛੱਜ ਕਿਉਂ ਤੋੜਿਆ ਜਾਂਦਾ ਜਾਗੋ ਕਿਉਂ ਕੱਢੀ ਜਾਂਦੀ ਹੈ ਤੁਸੀਂ ਕਈ ਵਾਰੀ ਮੈਂ ਰਿਚੁਅਲਸ ਦੇ ਨਾਲ ਰਿਲੇਟਡ ਕੋਈ ਇਹੋ ਜਿਹੀ ਸ਼ਬਦਾਵਲੀ ਵਰਤ ਦੇਣੀ ਹੈ ਹਨਾ ਤੇ ਉਹ ਉਹ ਕਹਿੰਦੇ ਵੀ ਇਹ ਕੀ ਹੈ ਕੀ ਕਹਿਤਾ ਕਈ ਉਹਨੂੰ ਸਿੱਖਣ ਦੀ ਔਰ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਅਗਲੀ ਵਾਰੀ ਉਹ ਕਰਦੇ ਨੇ ਕੋਸ਼ਿਸ਼ ਹਨਾ ਪਰ ਉਹਦੇ ਵਿੱਚ ਇੱਕ ਉਹਨਾਂ ਦਾ ਪੱਖ ਦੂਸਰਾ ਇਹ ਹੈ ਕਿ ਉਹਨਾਂ ਨੇ ਨਾ ਤਾਂ ਲਿਟਰੇਚਰ ਬਹੁਤੇ ਪੜ੍ਹੇ ਲਿਖੇ ਘੱਟ ਨੇ ਮੁੰਡੇ ਲਿਟਰੇਚਰ ਘੱਟ ਪੜ੍ਹਿਆ ਹੈ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਜਦੋਂ ਵਿਹਲੇ ਹੋ ਕਿਤਾਬਾਂ ਪੜ੍ਹੋ ਕੋਈ ਨਾਵਲ ਪੜ੍ਹੋ ਹਲਕੇ ਸਿੰਪਲ ਨਾਵਲਾਂ ਤੋਂ ਲੈ ਕੇ ਉੱਤੇ ਤੱਕ ਜਾਓ ਤੁਸੀਂ ਕਵਿਤਾ ਪੜ੍ਹੋ ਫੀਲ ਕਰੋ ਤੁਹਾਨੂੰ ਫੇਰ ਪਤਾ ਲੱਗੂਗਾ ਕਿ ਨੂਰ ਕਿੱਥੋਂ ਫੁੱਟਦਾ ਤੇ ਕਿੱਥੇ ਤੱਕ ਫੈਲਦਾ ਜ਼ਰਾ ਵਾਰ ਇੱਕ ਕਿਉਂਕਿ ਹੁਣ ਟਾਈਮ ਸਾਡੇ ਕੋਲ ਬੜਾ ਥੋੜਾ ਹੈ ਤੇ ਮੈਂ ਇੱਕ ਚਾਹਾਂਗਾ ਤੁਸੀਂ ਤੁਸੀਂ ਇਹ ਜੋ ਕੁਝ ਗਹਿਣੇ ਜਿਹੜੇ ਬੜੇ ਟਿਪੀਕਲ ਯੂਜ਼ ਕਰਦੇ ਹੋ ਬਹੁਤ ਹੀ ਜਿਹੜੇ ਕਿ ਸਾਡੇ ਵਿਰਾਸਤ ਦਾ ਹਿੱਸਾ ਆ ਅਸੀਂ ਆਪਣੀਆਂ ਦਾਦੀਆਂ ਮਾਵਾਂ ਕੋਲ ਵੇਖਦੇ ਸੀ ਹੁਣ ਇਹ ਬਹੁਤੇ ਨਹੀਂ ਯੂਜ਼ ਹੁੰਦੇ ਹੁਣ ਬੜੇ ਮਾਡਰਨ ਗਹਿਣੇ ਆ ਗਏ ਤੁਸੀਂ ਇਹ ਕਿਵੇਂ ਇਹਦੇ ਬਾਰੇ ਥੋੜੀ ਜਿਹੀ ਆਪਣੀ ਡਰੈਸ ਤੇ ਉਹ ਗਹਿਣੇ ਬਾਰੇ ਕਿ ਤੁਸੀਂ ਕਿੱਦਾਂ ਇਹ ਸਾਰਾ ਕੁਝ ਕਾਇਮ ਰੱਖਦੇ ਹੋ ਉਹ 2 ਮਿੰਟ ਦੇ ਵਿੱਚ ਉਹ ਗੱਲ ਕਰੋ ਸਰ ਸਰ ਦੇਖੋ ਗੱਲ ਤਾਂ ਫਿਰ ਉਹੀ ਸ਼ੌਕ ਦੀ ਆ ਜਾਂਦੀ ਹੈ ਹਨਾ ਜਦੋਂ ਤੁਸੀਂ ਤੁਹਾਡੇ ਅੰਦਰ ਮਨ ਚ ਕਿਸੇ ਚੀਜ਼ ਨੂੰ ਸੁੱਚਤਾ ਨਾਲ ਪੇਸ਼ ਕਰਨ ਦੀ ਗੱਲ ਆਉਂਦੀ ਹੈ ਤੇ ਫਿਰ ਉਸ ਦੀ ਸੁੱਚਤਾ ਬਣਾ ਕੇ ਕਿਵੇਂ ਰੱਖਣੀ ਹੈ ਤੇ ਉਹ ਸਾਰਾ ਕੁਛ ਉਹਦੇ ਵਿੱਚ ਆਉਂਦਾ ਹੈ ਕਿ ਗਹਿਣੇ ਹੈ ਅਸੀਂ ਸਿਲੈਕਟ ਕਰਦੇ ਹਾਂ ਚਾਹੇ 100 ਦੁਕਾਨਾਂ ਹੋਣ ਜਿਹੜਾ ਫਸਟ ਲੁੱਕ ਤੇ ਅਪੀਲ ਕਰ ਗਿਆ ਕਿ ਨਹੀਂ ਆਹ ਟ੍ਰੈਡੀਸ਼ਨ ਦੇ ਨੇੜੇ ਹੈ ਟ੍ਰੈਡੀਸ਼ਨਲ ਹੈ ਇਹਨੂੰ ਅਸੀਂ ਵੇਅਰ ਕਰਾਂਗੇ ਤਾਂ ਇਹ ਏਦਾਂ ਦੀ ਲੁੱਕ ਦਊਗਾ ਤੇ ਉਸੇ ਤਰ੍ਹਾਂ ਜੋ ਸਾਡੀ ਡਰੈਸ ਹੈ ਕੋਸਟਿਊਮਸ ਨੇ ਸਾਰੇ ਟੋਟਲ ਮੇਕਅਪ ਹੈ ਹੌਲੀ ਹੌਲੀ ਸਿੱਖ ਰਹੇ ਹਾਂ ਕਿ ਮੇਕਅਪ ਅਪ ਟੂ ਦਾ ਮਾਰਕ ਹੋਵੇ ਬਹੁਤ ਜਮਾ ਹੀ ਉਹੀ ਸੱਚੀ ਨਚਾਰਾਂ ਵਰਗਾ ਨਾ ਹੋਵੇ ਲੱਗੇ ਓਰਿਜਨੈਲਿਟੀ ਆਵੇ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਡਾਂਸ ਦੇ ਵਿੱਚ ਹੈ ਗੱਲਾਂ ਦੇ ਵਿੱਚ ਹੈ ਗੀਤਾਂ ਦੇ ਵਿੱਚ ਹੈ ਉਸੇ ਤਰ੍ਹਾਂ ਅਸੀਂ ਡਰੈਸ ਨੂੰ ਵੀ ਓਦਾਂ ਹੀ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੋਂ ਚੀਜ਼ ਲੱਭਦੀ ਹੈ ਜਾਂ ਕੋਈ ਆਈਡੀਆ ਮਿਲਦਾ ਹੈ ਉਹਨੂੰ ਫਿਰ ਡਿਸਕਸ ਕਰੀਦਾ ਵੀ ਕੀ ਇਹ ਟ੍ਰੈਡੀਸ਼ਨ ਦੇ ਤੇ ਦੂਜੀ ਗੱਲ ਇਹ ਹੈ ਕਿ ਕਿਉਂਕਿ ਪਰਫਾਰਮਰ ਆ ਪਰਫਾਰਮਿੰਗ ਆਰਟ ਹੈ ਇਹਦੇ ਵਿੱਚ ਥੋੜਾ ਜਿਹਾ ਗਲੈਮਰਸ ਹੋਣਾ ਵੀ ਥੋੜਾ ਜਿਹਾ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਥੋੜਾ ਜਿਹਾ ਗਲੈਮਰ ਨਹੀਂ ਤੁਹਾਡੀ ਡਰੈਸ 'ਚ ਤੁਹਾਡੀ ਜਿਊਲਰੀ 'ਚ ਚਮਕ ਤਮਕ ਨਹੀਂ ਹੈਗੀ ਹਾਈਲਾਈਟ ਨਹੀਂ ਹੁੰਦੀ ਤੇ ਤੁਸੀਂ ਡੱਲ ਲੱਗੋਗੇ ਠੀਕ ਹੈ ਜੀ ਉਹ ਥੋੜਾ ਜਿਹਾ ਹਲਕਾ ਜਿਹਾ ਗਲੈਮਰ ਦਾ ਟੱਚ ਦੇ ਕੇ ਫੋਕ ਨੂੰ ਕੋਲੈਬੋਰੇਟ ਕਰਕੇ ਤੁਸੀਂ ਜਦੋਂ ਪੇਸ਼ ਕਰਦੇ ਹੋ ਤੇ ਮੈਂ ਕਬੂਲ ਹੋਇਆ ਸਾਰੇ ਲੋਕਾਂ 'ਚ ਤੇ ਮੈਂ ਸ਼ੁਕਰੀਆ ਅਦਾ ਕਰਦਾ ਸਾਰਿਆਂ ਦਾ ਕਿ ਮੈਨੂੰ ਇਸ ਫੋਰਮ ਦੇ ਵਿੱਚ ਜ਼ਿਆਦਾ ਕਬੂਲ ਕੀਤਾ ਕਈ ਵਾਰੀ ਮੈਨੂੰ ਕਮੈਂਟ ਵੀ ਆ ਜਾਂਦਾ ਨੂਰ ਜੀ ਤੁਸੀਂ ਆਹ ਡਰੈਸ ਸੋਹਣੇ ਲੱਗਦੇ ਹੋ ਦੂਜੀ ਤਰ੍ਹਾਂ ਮੈਂ ਕਹਿੰਦਾ ਵੀ ਦੂਜੀ ਤਰ੍ਹਾਂ ਸੋਹਣਾ ਨੀ ਉਹ ਕਹਿੰਦੇ ਨਹੀਂ ਵੀ ਉਹ ਲੁੱਕ ਦੇ ਵਿੱਚ ਇਸੇ ਕਰਕੇ ਅੱਜ ਸਪੈਸ਼ਲੀ ਫਿਰ ਮੈਂ ਗਰਮੀ ਦੇ ਵਿੱਚ ਤਿਆਰ ਹੋਇਆ ਰਾਤ ਦੀ ਹਨੇਰੀ ਕਰਕੇ ਲਾਈਟ ਨੀ ਏਸੀ ਨੀ ਚੱਲਦੇ ਪਰ ਮੈਂ ਫਿਰ ਵੀ ਤਿਆਰ ਹੋਇਆ ਤੇ ਜੀ
ਬਹੁਤ ਵਧੀਆ ਨੂਰ ਹੈ ਤੇ ਕਮਾਲ ਹੈ ਯਾਨੀ ਕਿ ਮੈਂ ਇਸੇ ਲਈ ਕਿਉਂਕਿ ਮੈਂ ਦੱਸਣਾ ਚਾਹ ਰਿਹਾ ਸੀ ਸਾਰਿਆਂ ਨੂੰ ਕਿ ਤੁਸੀਂ ਆਪਣੇ ਫੀਲਡ ਦੇ ਵਿੱਚ ਕਿੰਨੇ ਪਰਫੈਕਟ ਹੋ ਪਰਫੈਕਸ਼ਨ ਹੈ ਤੁਸੀਂ ਇੱਕ ਇੱਕ ਚੀਜ਼ ਕਿੱਦਾਂ ਤੁਸੀਂ ਗਹਿਣਿਆਂ ਤੋਂ ਲੈ ਕੇ ਦੁਪੱਟਾ ਉਹਨੂੰ ਲੈਣ ਤੱਕ ਉਹਦੇ ਓੜਨ ਤੱਕ ਔਰ ਤੁਸੀਂ ਚੋਂ ਨਿਕਲ ਕੇ ਆਡੀਟੋਰੀਅਮ ਚ ਪਹੁੰਚਦੇ ਹੋ ਆਪਣੇ ਅਖਾੜੇ ਚ ਪਹੁੰਚਦੇ ਹੋ ਉੱਥੋਂ ਪਹੁੰਚਣ ਤੱਕ ਤੁਹਾਡੀ ਪੂਰੀ ਟੀਮ ਦਾ ਇੱਕ ਡਿਸਿਪਲਿਨ ਹੁੰਦਾ ਹੈ ਬਹੁਤ ਕਮਾਲ ਦਾ ਮੈਂ ਉਹ ਡਿਸਿਪਲਿਨ ਦੇਖਿਆ ਤੁਹਾਡਾ ਤੁਰਨਾ ਤੁਹਾਡਾ ਬੈਠਣਾ ਤੁਹਾਡਾ ਸਾਰੀ ਟੀਮ ਦਾ ਇੱਕ ਡਿਸਿਪਲਿਨ ਉਹ ਜਿਹੜਾ ਬਹੁਤ ਕਮਾਲ ਹੈ ਉਹ ਤੁਹਾਡੀ ਟੀਮ ਨੂੰ ਮੈਂ ਸਲਿਊਟ ਕਰਦਾ ਕਿ ਤੁਸੀਂ ਇਹ ਸਾਰਾ ਕੁਝ ਜਿਹੜਾ ਇਸ ਰੂਪ ਦੇ ਵਿੱਚ ਸਾਂਭਿਆ ਵਾ ਸੋ ਬਹੁਤ ਸੋਹਣੀਆਂ ਗੱਲਾਂ ਬੜੀ ਅੱਛੀ ਜਾਣਕਾਰੀ ਦਿੱਤੀ ਹੈ ਸੋ ਮੇਰੇ ਵੱਲੋਂ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਡੇ ਸਾਰੇ ਜੁੜੇ ਔਰ ਸਾਡੇ ਇਸ ਤਰ੍ਹਾਂ ਦੇ ਫੀਲਡ ਵਾਲੇ ਜਿਹੜੇ ਦੋਸਤ ਹੈ ਇਹਨਾਂ ਨੂੰ ਤੁਸੀਂ ਸਾਰਿਆਂ ਨੇ ਮਾਣ ਦਿੱਤਾ ਔਰ ਇਹਨਾਂ ਦਾ ਮਾਣ ਜਿਹੜਾ ਉਹ ਸਾਡਾ ਮਾਣ ਹੈ ਔਰ ਮੈਂ ਕੱਲ ਅਸੀਂ ਇੱਕ ਵਾਰੀ ਫਿਰ ਮਿਲਾਂਗੇ ਅਨੀਤਾ ਸਾਡੇ ਨਾਲ ਜੁੜੀ ਹੋਈ ਹੈ ਚੰਡੀਗੜ੍ਹ ਤੋਂ ਅਨੀਤਾ ਕੱਲ ਦਵਿੰਦਰ ਜੀ ਤੁਹਾਡੇ ਏਰੀਏ ਤੋਂ ਇੱਕ ਹੋਰ ਸਾਡੇ ਮਿੱਤਰ ਹੈ ਔਰ ਉਹ ਬਹੁਤ ਮਿਹਨਤ ਕਰ ਰਹੇ ਆ ਬੁੱਢਾ ਰਣਜੀਤ ਗਬਰੂ ਬਾਂਸਲ ਜਿਹਨੇ ਕਿ ਫਗਵਾੜੇ ਦੇ ਵਿੱਚ ਕਲਾ ਭਵਨ ਬਣਾਇਆ ਆਪਣੇ ਪੈਸਿਆਂ ਦੇ ਨਾਲ ਉਹਨੇ ਆਡੀਟੋਰੀਅਮ ਬਣਾਇਆ ਔਰ ਪੂਰੇ ਲੋਕਡਾਊਨ ਦੇ ਦੌਰਾਨ ਕਰਫਿਊ ਦੇ ਦੌਰਾਨ ਵੀ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਲੈ ਕੇ ਲਾਈਵ ਪਰਫਾਰਮੈਂਸ ਕਰਦਾ ਰਿਹਾ ਵਾ ਕੱਲ ਆਪਾਂ ਉਹਦੇ ਨਾਲ ਗੱਲ ਕਰਾਂਗੇ ਬਹੁਤ ਹੀ ਕਹਿ ਲਓ ਕਿ ਮੈਂ ਉਹਨੂੰ ਮਿਹਨਤ ਕਰਦੇ ਹਾਂ ਦੇਖਿਆ ਬੜਾ ਮਿਹਨਤੀ ਹੈ ਬੜਾ ਸੰਘਰਸ਼ ਵਾਲਾ ਮੁੰਡਾ ਹੈ ਉਹਨੇ ਆਪਣੇ ਪਿੰਡ ਦੇ ਵਿੱਚ ਵੀ ਇੱਕ ਓਪਨੇਅਰ ਥੀਏਟਰ ਬਣਾਇਆ ਆਜ਼ਾਦ ਰੰਗਮੰਚ ਦੇ ਵਿੱਚ ਪੰਜਾਬੀ ਵਿਹੜਾ ਨਾਮ ਦੀ ਸੰਸਥਾ ਬਣਾਈ ਹੈ ਔਰ ਉੱਥੇ ਓਪਨੇਅਰ ਥੀਏਟਰ ਬਣਾਇਆ ਉਹ ਕਿਵੇਂ ਇਸ ਦੌਰਾਨ ਕਿਉਂਕਿ ਉਹ ਵੀ ਸਿਰਫ ਥੀਏਟਰ ਕਰਦਾ ਹੈ ਉਹਨੇ ਕਿਵੇਂ ਗੁਜ਼ਾਰਾ ਕੀਤਾ ਉਹਦਾ ਆਪਣਾ ਘਰ ਹੈ ਪਰਿਵਾਰ ਹੈ ਜਿਹੜੇ ਸਾਰਾ ਕੰਮ ਕਰਦੇ ਆ ਔਰ ਪਰ ਲੋਕਡਾਊਨ ਦੇ ਦੌਰਾਨ ਵੀ ਉਹਨੇ ਲਾਈਵ ਪਰਫਾਰਮੈਂਸ ਨੂੰ ਜ਼ਿੰਦਾ ਰੱਖਿਆ ਕੱਲ ਆਪਾਂ ਉਹਦੇ ਨਾਲ ਮਿਲਾਂਗੇ ਸੋ ਬਹੁਤ ਸ਼ੁਕਰੀਆ ਦੋਸਤੋ ਸੋ ਕੱਲ ਮਿਲਦੇ ਆਪਾਂ 5 to 6 ਜ਼ੋਰਾਵਰ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ